ਅੱਜ ਕੈਪਟਨ ਅਬਰਿੰਦਰ ਸਿੰਘ ਜੀ ਇਹ ਕਬੀ ਤੇ ਬੀਐਸਐਫ ਉਹ ਜਿਹੜੀ ਪੰਜਾਬ ਚ 50 ਕਿਲੋਮੀਟਰ ਕਰ ਰਹੀਆਂ ਇਹ ਮੈਂ ਕਹੂੰਗਾ ਕਿ ਪੰਜਾਬੀਆਂ ਦੀ ਪਿੱਠ ਜੀ ਛੁਰਾ ਮਾਰੇ ਕੈਪਟਨ ਅਬਰਿੰਦਰ ਸਿੰਘ ਨੇ ਜਿਹੜਾ ਕੈਪਟਨ ਅਬਰਿੰਦਰ ਸਿੰਘ ਪਹਿਲਾਂ ਤੋਂ ਹੀ ਸਾਢੇ 4 ਸਾਲ ਤੋਂ ਇਹ ਜਿਹੜੀ ਕਰ ਰਿਆ ਸੀ ਮੋਡਿਊਲ ਫੜੇ ਕੇ ਉਤੋਂ ਡਰੋਨ ਆ ਗਏ ਜੀ ਟ੍ਰਿਫਨ ਬੰਬ ਆ ਗਏ ਉਹਦੇ ਹੈਂਡ ਕਰ ਦੇਤਾਗੇ ਵੈਪਨਸ ਆ ਗਏ ਇਹ ਜਿਹੜੇ ਚੀਜ਼ਾਂ ਨੇ 4.5 ਸਾਲ ਤੋਂ ਕੈਪਟਨ ਨਵਿੰਦਰ ਸਿੰਘ ਗਰਾਊਂਡ ਤਿਆਰ ਕਰ ਰਹੇ ਸੀ ਕਿ ਪੰਜਾਬ ਦੀ ਬਰਬਾਦੀ ਮੈਂ ਕਿਵੇਂ ਕਰ ਲੀਗਾ ਕੈਪਟਨ ਨਵਿੰਦਰ ਸਿੰਘ ਦੇ ਵਿੱਚੋਂ ਰਾਇਲ ਬਲੱਡ ਜਿਹੜਾ ਉੱਜਾਰ ਨਹੀਂ ਔਰ ਇਹ برداشت ਨਹੀਂ ਕਰ ਸਕਿਆ ਆਪਣੀ ਹੱਤ ਇਹਨਾਂ ਦਾ ਕੈਪਟਨ ਸਾਫ ਦਾ ਨਾਮ ਪੰਜਾਬ ਦੇ ਵਿੱਚ ਜਿਹੜੀ ਤੁਹਾਨੂੰ ਜੀ ਮੈਨੂੰ ਵੱਧ ਹਿਸਟਰੀ ਪੜੀ ਹੈ ਪੰਜਾਬ 'ਚ ਬਹੁਤ ਵੱਡੇ ਵੱਡੇ ਦੇਸ਼ਵਾਨ ਕੋਲ ਤੇ ਪੰਜਾਬ 'ਚ ਬਹੁਤ ਵੱਡੇ ਗਰਦਾਰ ਵੀ ਨਾਲ ਸਿੱਖ ਰਾਜ ਖਤਮ ਕਰ ਲਈ ਜਦੋਂ ਆਰਣੇ ਸੇ ਕੱਲ ਖੰਡ ਕੀਤਾ ਤੇ ਅਮਰਿੰਦਰ ਸਿੰਘ ਦਾ ਉਹ ਨਾਲ ਵਿੱਚ ਨਾਮ ਲਿਖਿਆ ਜਾਏਗਾ ਕਿ ਪੰਜਾਬ ਦੇ ਇਤਿਹਾਸ ਵਿੱਚ ਜਦ ਪੰਜਾਬ ਦੀ ਰੋਕਾਂ ਦੇ ਘੇਰ ਅਮਰਿੰਦਰ ਸਿੰਘ ਨੇ ਬੀਜੇਪੀ ਦੀ ਢੋਲੀ ਬਾਜੀ ਦੀ ਗੀਤ ਤੇ ਉਤੋਂ ਲਿਖਿਆ। ਇਹਨਾਂ ਕੋ ਵੀ ਜਿਹੜੀ ਗੱਲ ਕੀਤੀ ਹੈ ਕੋ ਕਹਿੰਦਾ ਕਿ ਮੈਂ ਕਿਸਾਨੀ ਮਤਲਬ ਹੱਲ ਕਰਾਂਗਾ। ਕੈਪਟਨ ਸਾਮੂਚਾਈ ਦਾ ਸੀ ਜਿਸ ਦਿਨ ਕਿਸਾਨ ਦਿੱਲੀ ਗਏ ਸੀ। ਉਸੇ ਦਿਨ ਹੀ ਰਿਜ਼ਾਈਨ ਕਰ ਦਿੱਤਾ। ਕਿ ਕਿਸਾਨ ਮੇਰੇ ਦਿੱਲੀ ਗਏ ਆ ਮੈਂ ਬੀਜੇਪੀ ਵਾਲੇ ਬਿਲਕੁਲ ਜੇ ਤੁਸੀਂ ਨਾ ਦੇ ਮਾਡਲ ਨਹੀਂ ਹੱਲ ਕਰਦੇ ਮੈਂ ਰਿਜਾਈਨ ਕਰ ਰਿਹਾ ਤੇ ਉਸ ਕੋਲੇ ਜਾ ਕੇ ਬੀ ਜੀ ਪੀ ਨੂੰ ਕਹਿਣਾ ਪੈਂਦਾ ਕਿ ਮੇਰਾ ਪੰਜਾਬ ਜਿਹੜਾ ਆਂਦਾਤਾ ਜੀ ਮੁੱਕ ਗਿਆ ਤੇ ਜੇ ਮੇਰੀ ਤਕਲੀਫ ਹੈ ਤੁਹਾਨੂੰ ਆ ਲਓ ਮੇਰਾ ਰਿਜਾਈਨ ਨਾਲ ਅਸੀਂ ਨਹੀਂ ਜਾਂਦੇ ਅਸੀਂ ਕੈਪਟਨ ਸਾਹਿਬ ਨੂੰ ਬਹੁਤ ਜ਼ੋਰ ਲਾਇਆ ਕਿ ਕੈਪਟਨ ਸਾਹਿਬ ਚੱਲ ਜੀ ਉਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲ ਜੇ ਤੇ ਸਾਨੂੰ ਕਹਿੰਦੇ ਕਿ ਨਹੀਂ ਉੱਥੇ ਤੇ ਕੋਰਨਾ ਕਰਕੇ ਨੀ ਕੋਈ ਮਿਲਦਾ ਤੇ ਜਦੋਂ ਤੱਕ ਕੈਪਟਨ ਸਾਹਿਬ ਉੱਥੇ ਨੇ 1 ਮਹੀਨੇ ਚ 4 ਵਾਰੀ ਦਿੱਲੀ ਚਲੇ ਗਏ ਤੇ ਸਾਢੇ 4 ਸਾਲਾਂ ਚ ਮੇਰੇ ਖਿਆਲ ਸਾਢੇ 4 ਵਾਰੀ ਉਹਨੇ ਦਿੱਲੀ ਗਏ ਪ੍ਰਾਈਮ ਮਿਨਿਸਟਰ ਨੂੰ 2 ਵਾਰੀ ਮਲੇ 1 ਕਦੀ ਵਾਰੀ ਅਮਨ ਸ਼ਾਹ ਨੂੰ ਕਿਸੇ ਦੇ ਜਿਹੜਾ ਕੋਈ ਵੀਜ਼ਾ ਵੂਜ਼ਾ ਲਵਾਉਣ ਦੀ ਰਿਕਵੈਸਟ ਕਰਨ ਲਈ ਉੱਥੇ ਜਾਂਦੇ ਰਹੇ ਜਦੋਂ ਚੀਫ ਮਿਨਿਸਟਰ ਬਣੇ ਮੈਂ ਚੈੱਕ ਕਰ ਦੂਗਾ ਪਰ ਉਹ ਕਰਾਂਗਾ ਤੇ ਅੱਜ ਉਸੇ ਫਿਰਕਾ ਪ੍ਰਸ਼ਨ ਦੇਖੋਗੇ ਵਾਕਿਆ ਕਦੀ ਨਹੀਂ ਬੋਲੀ ਅੱਜ ਤੱਕ ਨਹੀਂ ਬੋਲੇ ਕਿਉਂਕਿ ਇਸ ਕਰਕੇ ਨਹੀਂ ਬੋਲੇ ਉਹ ਇਹਨਾਂ ਦੀ ਬਾਂਮ ਰੋਲ ਕੋ ਹਾਂਜੀ ਕੇਸਾਂ ਤੋਂ ਸਾਂ ਦੇ ਬਾਂਮ ਕੇਸਾਂ ਦੇ ਸਾਰੇ ਕੇਸ ਮੁੰਡੇ ਸੁਮੇ ਇਹਨਾਂ ਦੇ بیٹے ਦਾ ਕੇਸ ਮਹਾਰਾਣੀ ਪੁਦੀਪਤੌਰ ਦਾ ਕੇਸ ਕੇਸ ਕੈਪਟਨ ਅਵਰਿੰਦਰ ਸਿੰਘ ਦੇ ਕੇਸ ਇਹਨਾਂ ਦੇ ਹੋਰ ਕਿ ਕਈ ਰਿਸ਼ਤੇਦਾਰਾਂ ਦੇ ਕੇਸ ਜੀਡੀ ਕੋਰ ਜਿਹੜੇ ਮਨੀ ਲਾਂਡਰਿੰਗ ਸਾਰੇ ਕੇਸ ਮੈਂ ਕਹਾਂ ਕਿ ਫੀਬਲੇ ਦੇ ਕੇ ਉਹ ਜਿਹਨੇ ਫੀਗਾ ਨੇ ਕੈਪਟਨ ਅਵਰਿੰਦਰ ਸਿੰਘ ਨੂੰ ਇਹ ਮਾ ਚੀਜਾਂ ਤੋਂ ਉਤਾਰ ਕੇ ਆਪਣੇ ਕੋਲ ਵਿੱਚ ਲਿਆ ਇਹ ਤੁਸੀਂ ਇਹ ਕਹੀ ਹੈ ਕਿ ਕੈਪਟਨ ਹਿੰਦਰ ਸਿੰਘ ਬੜੇ ਸਟੈਂਡ ਵਾਲੇ ਆ। ਹਾਂਜੀ ਤੁਸੀਂ ਇਹੀ ਗੱਲ ਕੀ ਵਾਲੇ ਸਟੈਂਡ ਸਾਡੇ ਘਰ ਤੇ ਹਾਂਜੀ ਕਿ ਅਸੀਂ ਇਹਦੇ ਪਿੱਛੇ ਖੜੇ ਸੀ ਕਿ ਅਸੀਂ ਤੇਰੇ ਨਾਲ ਸਟੈਂਡ ਲਾਉ। ਜੇ ਤੂੰ ਇਹ ਕਦੇ ਪਾਣੀਆਂ ਦੀ ਮੁੱਦਾ ਜਿਹੜਾ ਹੱਲ ਕੀਤਾ ਪੂਰੀ ਕਾਂਗਰਸ ਨਾਲ ਖੜੀ ਅਮਰਿੰਦਰ ਸਿੰਘ ਇਕੱਲਾ ਨਹੀਂ ਕਰਦਾ। ਠੀਕ ਹੈ। ਕਾਂਗਰਸ ਦੇ ਨਾਲ ਸੋਨੀਆ ਗਾਂਧੀ ਜਾਂ ਹੋਰਨਾਂ ਸਾਰਿਆਂ ਪੂਰੇ ਨਾਲ ਖੜੇ ਹੋਏ। ਜੇ ਹੁਣ ਸੋਨੀਆ ਗਾਂਧੀ ਕਹਿ ਸੱਜ ਕੇ ਰਿਜ਼ਾਈਨ ਕਰ ਜਾ ਤਾਂ ਜਿਸ ਵੇਲੇ ਪਾਣੀਆਂ ਦੀ ਗੱਲ ਕੀਤੀ ਉਦੋਂ ਨਹੀਂ ਸੀ ਕਹਿ ਸਕੀ ਜਿਵੇਂ ਰਿਜ਼ਾਈਨ ਕਰ। ਇਹ ਜੇ ਜਿਹੜੀ ਪਾਰਟੀਆਂ ਦੇ ਦੇਖੋ ਜਿਹੜੇ ਸਿਰਾਂ ਦੇ ਮੁੱਲ ਪੈਂਦੇ ਨੇ ਉਹ ਉਹ ਇੱਕ ਤੁਹਾਡੇ ਪਿੱਛੇ ਫੌਜ ਹੋਏ ਤੇ ਫੇਰ ਹੀ ਪੈਂਦੇ ਨੇ ਤਾਂ ਇਹ ਜਿਹੜੀ ਚੀਜ਼ਾਂ ਨੇ ਮੈਂ ਇਹ ਕਹਾਂਗਾ ਕਿ ਕੈਪਟਨ ਸਾਹਿਬ ਧਿਆਨ ਸਿੰਘ ਡੋਗਰੇ ਨਾਂ ਬਣਾ ਠੀਕ ਹੈ ਆਖਰੀ ਉਮਰ ਚ ਆਖਰੀ ਉਮਰ ਚ ਇਹ ਨਾਂ ਨਾ ਠੀਕ ਹੈ ਆਪਣੇ ਮੱਥੇ ਤੇ ਕਲੰਕ ਨਾ ਲਵਾ ਕੇ ਪਿਆਰੇ ਦਰਸ਼ਕੋ ਪੰਜਾਬ ਵਿੱਚ ਤੇ ਹੋਰ ਚਾਰ ਰਾਜਾਂ ਚ ਜਿਹੜਾ ਚੋਣਾਂ ਦਾ ਮੈਦਾਨ ਹੈ ਉਹ ਭੱਕ ਚੁੱਕਾ ਹੌਲੀ ਹੌਲੀ ਰਾਜਨੀਤਿਕ ਸਰਗਰਮੀਆਂ ਅੱਗੇ ਵਧਦੀਆਂ ਜਾ ਰਹੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਖ-ਵੱਖ ਮੁੱਦਿਆਂ ਦੀ ਤਲਾਸ਼ ਕਰ ਰਹੀਆਂ ਕਿ ਕਿਹਨਾ ਮੁੱਦਿਆਂ ਨੂੰ ਲੈ ਕੇ ਲੋਕਾਂ ਨਾਲ ਸੰਪਰਕ ਕਰਨਾ 2022 ਦੀਆਂ ਚੋਣਾਂ ਲਈ ਆਪਣੀ ਬਿਹਤਰ ਕਾਰਗੁਜ਼ਾਰੀ ਦਿਖਾਉਣੀ ਹੈ ਤੇ ਇਸ ਸਬੰਧ ਚ ਹੀ ਸਾਡੇ ਸਟੂਡੀਓ ਵਿੱਚ ਸੁਖਜਿੰਦਰ ਸਿੰਘ ਜੀ ਰੰਧਾਵਾ ਜਿਹੜੇ ਪੰਜਾਬ ਦੇ ਉਪ ਮੁੱਖ ਮੰਤਰੀ ਹੋ ਪਹੁੰਚੇ ਆ ਉਹਨਾਂ ਨਾਲ ਪੰਜਾਬ ਦੀ ਰਾਜਨੀਤੀ ਬਾਰੇ ਦੇਸ਼ ਦੀ ਰਾਜਨੀਤੀ ਬਾਰੇ ਤੇ ਪੰਜਾਬ ਦੇ ਜਿਹੜੇ ਪੱਖ ਦੇ ਸਰੋਕਾਰ ਆ ਉਹਨਾਂ ਬਾਰੇ ਗੱਲਬਾਤ ਕਰਾਂਗੇ ਰੰਦਾਵਾ ਜੀ ਤੁਹਾਡਾ ਜੀਤ ਦੇ ਸਟੂਡੀਓ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਦੰਦਾਵਾ ਜੀ ਤੁਹਾਡੇ ਤੋਂ ਇਹ ਜਾਣਕਾਰੀ ਲੈਣਾ ਚਾਹਨਾ ਕਿ ਤੁਹਾਨੂੰ ਹੁਣੇ-ਹੁਣੇ ਜਿਹੜਾ ਉਪ ਮੁੱਖ ਮੰਤਰੀ ਬਣ ਦਾ ਅਫਸਰ ਮਿਲਿਆ ਤੇ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੁਹਾਡੀ ਪਹਿਲਾਂ ਵੀ ਪੰਜਾਬ ਦੀ ਰਾਜਨੀਤੀ 'ਚ ਇੱਕ ਵਿਸ਼ੇਸ਼ ਥਾਂ ਆ ਬਹੁਤ ਸਾਰੇ ਮਹੱਤਵਪੂਰਨ ਫੈਸਲੇ ਤੁਸੀਂ ਜਦੋਂ ਜੇਲ੍ਹ ਮੰਤਰੀ ਸੀ ਉਦੋਂ ਵੀ ਕੀਤਾ ਤੇ ਹੁਣ ਵੀ ਤੁਹਾਡੇ ਤੋਂ ਬਹੁਤ ਲੋਕਾਂ ਨੂੰ ਆਸਾਂ ਆ ਤੇ ਇਸ ਸੰਬੰਧ ਵਿੱਚ ਤੁਸੀਂ ਹੁਣ ਕੀ ਸੋਚਦੇ ਆ ਕਿ ਥੋੜਾ ਜਿਹਾ ਸਮਾਂ ਤੁਹਾਡੇ ਕੋਲ ਰਹਿ ਗਿਆ ਉਪ ਮੁੱਖ ਮੰਤਰੀ ਵਜੋਂ ਤੁਸੀਂ ਪੰਜਾਬ ਦੇ ਕਿਹੜੇ ਸਰੋਕਾਰ ਆ ਜਿਨ੍ਹਾਂ ਨੂੰ ਤਰਜੀਹੀ ਆਧਾਰ ਤੇ ਤੁਸੀਂ ਉਹਨਾਂ ਨੂੰ ਨਿਜੀਠਣਾ ਚਾਹੁੰਦੇ ਆ ਮਾਨਕ ਸਾਹਿਬ ਪਹਿਲਾਂ ਤੇ ਮੈਂ ਜੜਾਜੀਤ ਦੇ ਦਰਸ਼ਕ ਨੇ ਇਹਨਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਮੌਕਾ ਦਿੱਤਾ ਮੈਨੂੰ ਔਰ ਦਾ ਪਹਿਲਾਂ ਵੀ ਜਦੋਂ ਮੈਂ ਜੇਲ ਮਿਨਿਸਟਰ ਬਣਿਆ ਤੇ ਇੱਥੇ ਤੁਸੀਂ ਮੇਰੀ ਇੰਟਰਵਿਊ ਲਈ ਸੀ ਹਾਂਜੀ ਤੇ ਵੱਖ-ਵੱਖ ਮੁੱਦਿਆਂ ਤੇ ਉਹ ਗੱਲ ਕੀਤੀ ਸੀ ਮੈਂ ਇੱਕ ਜੀ ਦਰਸ਼ਕੀ ਚੋਣਨ ਕਿ ਵਾਕਈ ਜਿਹੜਾ ਡਿਪਟੀ ਸੀਐਮ ਦਾ ਅਹੁਦਾ ਮਿਲਣਾ ਤੇ ਨਾਲ ਉਹਦੇ ਹੋਮ ਹਾਂਜੀ ਇਹ ਮੈਂ ਜਿੱਥੇ ਬੈਠਾਂ ਦੁਆਬੇ 'ਚ ਹਾਂਜੀ ਇਥੋਂ ਦੇ ਸਰਦਾਰ ਦਰਬਾਰਾ ਸਿੰਘ ਉਹਨਾਂ ਨੂੰ ਪਹਿਲੀ ਵਾਰੀ ਐਜ ਹੋਮ ਮਿਨਿਸਟਰ ਇੱਥੇ ਮੌਕਾ ਮਿਲਿਆ ਠੀਕ ਤੇ ਉਹਦੇ ਬਾਅਦ ਈਨ੍ਹੇ ਸਾਲਾਂ ਬਾਅਦ ਮੇਰੇ ਕੋਲ 60 ਸਾਲ ਹੀ ਹੋ ਚਲੇ ਆ ਹਾਂਜੀ ਉਹਦੇ ਬਾਅਦ ਦੁਬਾਰਾ ਕਿਸੇ ਚੀ ਮਿਨਿਸਟਰ ਨੂੰ ਹੋ ਲੈ ਕਿਤੇ ਮინისტრ ਨੂੰ ਹੋਮ ਮਿਨਿਸਟਰ ਬਣਾਉਣਾ ਕਿਉਂਕਿ ਬਾਦਲ ਸਾਹਿਬ ਵਾਲੇ ਸਰਦਾਰ ਸੁਖਵੀਰ ਸਿੰਘ ਬਾਦਲ ਸੀਗੇ ਪਰ ਇੱਕ ਫੈਮਿਲੀ ਦਾ ਅਫੇਅਰ ਸੀ ਉਹਦੇ ਚ ਚੀਫ ਮਿਨਿਸਟਰ ਜਾਂ ਡਿਪਟੀ ਸੀਐਮ ਜਾਂ ਹੋਮ ਦਾ ਉਹਦੇ ਚ ਕੋਈ ਬਹੁਤਾ ਅਸਰ ਉਹ ਘਰ ਨਹੀਂ ਸੀ ਠੀਕ ਹੈ ਤੇ ਇਹਦੇ ਚ ਜਿਹੜੀ ਖਾਸ ਕਰਕੇ ਮਾਝੇ ਦੇ ਵਿੱਚ ਡਿਪਟੀ ਸੀਐਮ ਸ਼ਿਪ ਜਾਣੀ ਔਰ ਨਾਲ ਹੀ ਹੋਮ ਦਾ ਡਿਪਾਰਟਮੈਂਟ ਜਾਣਾ ਬੜਾ ਵੱਡਾ ਚੈਲੇਂਜ ਵੀ ਸੀ ਤੇ ਬਹੁਤ देर ਬਾਅਦ ਇੱਕ ਅਲੱਗ ਮinistr ਬਣ ਕੇ ਜਿਹਨੂੰ ਮੌਕਾ ਮਿਲਣਾ ਉਹ ਦਾ ਕੰਮ ਕਰਦੇ ਚੈਲੰਜ ਬਹੁਤ ਜ਼ਿਆਦਾ ਨੇ ਹਾਂਜੀ ਕੰਮ ਬਹੁਤ ਜ਼ਿਆਦਾ ਨੇ ਟਾਈਮ ਬਹੁਤ ਘਾਟਿਆ ਹਾਂਜੀ ਮੇਰੇ ਬੇਸ਼ੱਕ ਮੇਰੀ ਆਪਣੀ ਸਰਕਾਰ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਉਹਦੇ ਚ ਵੀ ਮinistr ਸੀਗਾ ਹਾਂਜੀ ਤੇ ਵੱਖ-ਵੱਖ ਮੁੱਦਿਆਂ ਤੇ ਕਈ ਵਾਰੀ ਸਾਡੀ ਆਪਸ ਵਿੱਚ ਬਹੁਤ ਡਿਫਰੈਂਸਿਸ ਕੈਪਟਨ ਸਾਹਿਬ ਦੇਤੇ ਔਰ ਮੇਰੇ ਆਉਂਦੇ ਦੇਤੇ ਇਥੋਂ ਤੱਕ ਕਿ ਮੈਨੂੰ ਫਿਰ April ਦੇ ਵਿੱਚ ਮੈਨੂੰ ਅਜਿਹੀ ਜ਼ਿਆਦਾ 26 April ਨੂੰ ਮੈਨੂੰ ਕੈਬਨਿਟ ਦੇ ਵਿੱਚ ਰਿਜ਼ਾਈਨ ਕਰਨਾ ਪਿਆ ਸੀ ਕਿ ਮੈਂ ਜੇ ਤੁਸੀਂ ਨਹੀਂ ਕਰਦੇ ਤੇ ਮੈਂ ਰਿਜ਼ਾਈਨ ਕਰ ਦਿੰਦਾ ਕਿ ਜੀ ਹੈਲਪਲੈਸ ਜਾਂ ਤੇ ਆਪਾਂ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਜਿਹੜੀ ਲੋਕਾਂ ਨਾਲ ਗੱਲਾਂ ਕੀਤੀਆਂ ਨੇ ਉਹ ਚੀਜ਼ ਮਿਨਿਸਟਰ ਨੇ ਕਰਨੀਆਂ ਤੇ ਮੈਂ ਤਾਂ ਆਪਣਾ ਡਿਪਾਰਟਮੈਂਟ ਚਲਾ ਸਕਦਾ ਜੀ ਮੇਰੇ ਕੋਲ ਕੋਆਪਰੇਟਿਵ ਔਰ ਜੀਐਲ ਡਿਪਾਰਟਮੈਂਟ ਸੀਗਾ ਤੇ ਮੈਂ ਕਹਿੰਦਾ ਜੀ ਮੈਂ ਇਹ ਤੇ ਕਰ ਸਕਦਾ ਪਰ ਕੈਪਟਨ ਸਾਹਿਬ ਜਿੱਥੇ ਆਪਾਂ ਲੋਕਾਂ ਨਾਲ ਜੋ ਗੱਲਾਂ ਕਰਕੇ ਆਏ ਆ ਜਿਹਦੇ ਤੇ ਅਸੀਂ ਵੋਟਾਂ ਲਈਆਂ ਉਹਦਾ ਜਵਾਬ ਕੌਣ ਦੇਗਾ ਠੀਕ ਹੈ ਤੇ ਉਹਦੇ ਤੇ ਕਾਫੀ ਸਾਡੀ ਕਾਹ ਸੁਣੀ ਹੋਈ ਤੁਸੀਂ ਪੇਪਰਾਂ ਚ ਉਦੋਂ ਵੇਖਿਆ ਸਾਰੀਆਂ ਗੱਲਾਂ ਹੋਈਆਂ ਹਾਂਜੀ ਉਹਦੇ ਚ ਉਦੋਂ ਦੀ ਗੱਲ ਚਲਦੀ ਚਲਦੀ ਹੋਣ ਜਿਹੜੀ ਆ ਕੇ ਚੀਫ ਮਿਨਿਸਟਰਸ਼ਿਪ ਦੀ ਚੇਂਜ ਆਈ ਹਾਂਜੀ ਔਰ ਚੰਨੀ ਸਾਹਿਬ ਨੂੰ ਤੇ ਸਾਨੂੰ ਸਾਰਿਆਂ ਨੂੰ ਦੁਬਾਰਾ ਮੌਕੇ ਮਿਲਿਆ ਹਾਂਜੀ ਸਾਡੀ ਕੋਸ਼ਿਸ਼ ਇਹ ਹੋਈ ਹੈ ਕਿ ਜਿਹੜੀਆਂ ਚੀਜ਼ਾਂ ਨਹੀਂ ਸੁਣੀਆਂ ਗਈਆਂ ਉਹਨਾਂ ਨੂੰ ਇਮੀਡੀਏਟਲੀ ਅਸੀਂ ਉਹਦਾ ਹੱਲ ਕੀਤਾ ਔਰ ਲੋਕਾਂ ਨੂੰ ਦੱਸੀ ਕਿ ਅਸੀਂ ਆ ਸਾਡੇ ਇਹ ਪੁਆਇੰਟ 'ਤੇ ਮੈਂ ਹੰਦਰ ਸਾਹਿਬ ਨਾਲ ਜਦੋਂ ਬੈਠਾ ਸੀ ਤੇ ਉਹਨਾਂ ਨੇ ਅਖਿਆ ਕਿ ਇੱਕ ਪਲਾਨ ਜਿਹੜਾ ਛਾਕ ਆਊਟ ਕਰੋ ਕਿ ਤੁਸੀਂ ਦੁਆ ਮਹੀਨੇ ਵਿੱਚ ਕੀ ਕੀ ਗੱਲਾਂ ਕਰਨੀਆਂ ਨੇ ਤੇ ਵਾਕਈ ਉਹ ਜਿਹੜੀ ਹੈ ਵੀਕਲੀ ਮੀਟਿੰਗ ਵੀ ਕਰਾਂਗੇ ਹਾਂਜੀ ਔਰ ਜਿਹੜੇ ਐਮ.ਐਲ.ਏ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਜਿਹਦੇ ਵਿੱਚ ਮੇਨ ਮੁੱਦੇ ਬਰਗਾੜੀ ਦਾ ਮੁੱਦਾ ਹੋ ਗਿਆ ਡਰੱਗਸ ਦਾ ਹੋ ਗਿਆ ਪੀ.ਪੀ.ਏ ਜਿਹੜੇ ਹਾਂਜੀ ਬਿਜਲੀ ਬੋਰਡ ਦੇ ਹੋ ਗਏ ਜਿਹੜੀ ਲੋਕਾਂ ਦੀ ਡਾਇਰੈਕਟ ਲੋਕਾਂ ਨੂੰ ਜਿਹੜੇ ਉਹ ਕਰਦੇ ਨੇ ਇਫੈਕਟ ਕਰਦੇ ਨੇ ਹਾਂਜੀ ਇਹ ਸਾਰੀਆਂ ਚੀਜ਼ਾਂ ਹੀ ਅਸੀਂ ਟ੍ਰਾਂਸਪੋਰਟ ਦਾ ਤੁਸੀਂ ਦੇਖਿਆ ਇਹ ਰੇਤੇ ਦੀ ਗੱਲ ਆ ਜਾਂ ਹੋਰ ਮਾਫੀਆ ਜਿਹੜੇ ਨੇ ਹਾਂਜੀ ਉਹਨਾਂ ਦੇ ਵਿੱਚ ਇਹ ਸਾਨੂੰ ਬੜੀ ਜਿਹੜੀ ਲੋਕਾਂ ਨੇ ਬੜੀ ਆਸ ਨਾਲ ਬਣਾਇਆ ਸੀ ਤੇ ਬਾਅਦ ਚੋਂ ਨਿਰਾਸ਼ ਵੀ ਹੋਏ ਹਾਂਜੀ ਕਿ ਇਹਨਾਂ ਨੂੰ ਵੋਟਾਂ ਜਿਹੜੀਆਂ ਪਾਈਆਂ ਸੀ ਉਹਨਾਂ ਦੇ ਉੱਤੇ ਜੋ ਉਹਨਾਂ ਨੇ ਗੱਲਾਂ ਕੀਤੀਆਂ ਉਹਦੇ ਤੇ ਬਹੁਤੀ ਨਹੀਂ ਉਤਰੇ ਬਹੁਤਾ ਲੋਕਾਂ ਨੂੰ ਜਦੋਂ ਅਸੈਂਬਲੀ ਦੇ ਵਿੱਚ ਖਲੋ ਕੇ ਵੀ ਗੱਲਾਂ ਕਰਕੇ ਉਹ ਅਸੀਂ ਵਾਅਦੇ ਨਹੀਂ ਪੂਰੇ ਕਰ ਸਕੇ ਉਹਦਾ ਸਾਡੇ ਮਨ ਤੇ ਸਾਰੰਦੀ ਅਸਰ ਸੀ ਰੰਦਾਬਾ ਸਾਹਿਬ ਇਹ ਸਾਰੇ ਲੋਕ ਮਹਿਸੂਸ ਕਰਦੇ ਆ ਅਸੀਂ ਲੋਕ ਪੱਤਰਕਾਰੀ ਦੇ ਖੇਤਰ ਚ ਐਸੀ ਵੀ ਮਹਿਸੂਸ ਕਰਦੇ ਆ ਕਿ ਪੰਜਾਬ ਦਾ ਜਿਹੜਾ ਰੈਵਨਿਊ ਆ ਉਹ ਸਰਕਾਰੀ ਖਜ਼ਾਨੇ ਤੱਕ ਨਹੀਂ ਪਹੁੰਚਦਾ ਚਾਹੇ ਉਹ ਰੇਤਾ ਬਜਰੀ ਦਾ ਖੇਤਰ ਹੈ ਚਾਹੇ ਉਹ ਟਰਾਂਸਪੋਰਟ ਦਾ ਖੇਤਰ ਹੈ ਚਾਹੇ ਕੇਵਲ ਦਾ ਖੇਤਰ ਹੈ ਜਿ ਜਿੰਨੇ ਵੀ ਸਾਡੇ ਜਿਹੜੇ ਸਾਧਨ ਹੈ ਜਿੱਥੋਂ ਰੈਵਨਿਊ ਸਟੇਟ ਨੂੰ ਮਿਲ ਸਕਦਾ ਉਹਦਾ ਰੈਵਨਿਊ ਸਟੇਟ ਦੇ ਖਜ਼ਾਨੇ ਚ ਪਹੁੰਚਦਾ ਨਹੀਂ ਤੇ ਉਹਦੇ ਨਾਲ ਜਿਹੜੇ ਸਰਕਾਰ ਦੇ ਮਹੱਤਵਪੂਰਨ ਕੰਮ ਹੁੰਦੇ ਆ ਜਿਹੜੀ ਜ਼ਿੰਮੇਵਾਰੀਆਂ ਹੁੰਦੀਆਂ ਉਹ ਸਰਕਾਰ ਪੂਰੀ ਪੂਰੀਆਂ ਕੰਮ ਚ ਫੇਲ ਆਉਂਦੀ ਹੈ ਤੇ ਸਰਕਾਰ ਨੂੰ ਜਿਹੜੇ ਕੰਮ ਕਾਜ ਕਰਨੇ ਪੈਂਦੇ ਆ ਉਹ ਵੀ ਕਰਜ਼ਾ ਚੱਕ ਕੇ ਕਰਨੇ ਪੈਂਦੇ ਆ ਪਿਛਲੇ ਜਿਹੜੇ ਲਗਭਗ 15 ਸਾਲ ਤੋਂ ਇਹੀ ਕਾਰਜਸ਼ੈਲੀ ਚਲਦੀ ਆ ਰਹੀ ਆ ਤੇ ਹਰ ਸਰਕਾਰ ਕਰਜ਼ਾ ਵਧਾ ਕੇ ਚੱਲ ਜਾਂਦੀ ਆ ਥੋੜੇ ਬਹੁਤੇ ਵਿਕਾਸ ਕਰਜ਼ਾ ਕਰਜ਼ਾ ਚੁੱਕ ਕੇ ਕਰਦੀ ਆ ਜਿਹੜੇ ਪੰਜਾਬ ਦਾ ਰੈਵਨਿਊ ਸਰਕਾਰੀ ਖਜ਼ਾਨੇ ਤੱਕ ਨਹੀਂ ਪਹੁੰਚਦਾ ਉਹਦੀ ਲੀਕੇਜ ਹੋ ਜਾਂਦੀ ਆ ਇਸੇ ਕਰਕੇ ਇਹ ਮੁੱਦੇ बार-बार ਉੱਠਦੇ ਵੀ ਰਹਿੰਦੇ ਆ ਸੋ ਇਸ ਕਰਕੇ ਜਿਦਾਂ ਤੁਸੀਂ ਕਿਹਾ ਕਿ ਘਟੋ ਘਟ ਦੋ ਮਹੀਨੇ ਜਾਂ ਤਿੰਨ ਮਹੀਨੇ ਜਿਹੜੇ ਤੁਹਾਡੇ ਕੋਲ ਹੈਗੇ ਆ ਇਹਦੇ 'ਚ ਇੱਕ ਪ੍ਰਵਾਹ ਵੀ ਚੱਲ ਜਾਏ ਕਿ ਇਹ ਜਿਹੜੀ ਸਰਕਾਰ ਆ ਇਹ ਜਿਹੜਾ ਰੈਵਨਿਊ ਜਿੱਥੇ ਵੀ ਇਹਦੀ ਲੀਕੇਜ ਹੋ ਰਹੀ ਹੈ ਉਹਨੂੰ ਦੂਰ ਕਰਕੇ ਸਰਕਾਰੀ ਖਜ਼ਾਨੇ ਤੱਕ ਪਹੁੰਚੇਗਾ ਤੇ ਇਹਦੇ ਆਧਾਰ ਤੇ ਜਿਹੜਾ ਪੰਜਾਬ ਸਰ ਕਰਜ਼ਾ ਚੜਨ ਤੋਂ ਵੀ ਰੁਕੇਗਾ ਤੇ ਪੰਜਾਬ ਦੇ ਵਿਕਾਸ ਕਾਰਜ ਵੀ ਤੇਜ਼ ਹੋਣਗੇ ਜੇ ਇਹ ਪ੍ਰਭਾਵ ਦੇ ਸਕਣ ਲਈ ਤੁਸੀਂ ਠੋਸ ਕਦਮ ਚੁੱਕੋ ਤੇ ਮੇਰਾ ਖਿਆਲ ਹੈ ਪੰਜਾਬ 'ਚ ਇੱਕ ਆਸ ਦਾ ਵਾਤਾਵਰਣ ਬਣੇਗਾ ਤੁਸੀਂ ਦੱਸਿਆ ਵੀ ਹੈ ਕਿ ਇਸ ਤਰ੍ਹਾਂ ਤੁਸੀਂ ਕਰੋਗੇ ਫਿਰ ਵੀ ਥੋੜਾ ਜਿਹਾ ਹੋਰ ਸਪਸ਼ਟ ਉਹਨਾਂ ਨੂੰ ਦੇਖੋ ਕਿ ਕਿਹੜੇ ਕਿਹੜੇ 4-5 ਨੁਕਤੇ ਆ ਜਿਨ੍ਹਾਂ ਨੂੰ ਤੁਸੀਂ ਆਮਲ ਚ ਲਿਆ ਸਕਦੇ ਆ ਮਾਨਕ ਸਾਹਿਬ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਅਥੀ ਦਾ ਹੋ ਗਿਆ ਜੋ ਇਹਨਾਂ ਨੂੰ ਮਾਫੀ ਆ ਗਿਆ ਹਾਂਜੀ ਹਾਂਜੀ ਕਿ ਇੱਕ ਪੰਜਾਬ ਚ ਇੱਕ ਮਾਫੀਆ ਬਣ ਗਿਆ ਜਿਹਨੂੰ ਤੋੜਨਾ ਬਹੁਤ ਜ਼ਰੂਰੀ ਹੈ ਹਾਂਜੀ ਹਾਂਜੀ ਬਿਲਕੁਲ ਰਿਸੋਰਸ ਜਿਹੜੇ ਨੇ ਇਹਨਾਂ ਤੋਂ ਜੇ ਅਸੀਂ ਉਹਨਾਂ ਨੂੰ ਜਿਹੜੀ ਕੋਈ ਮਾਫੀਆ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਖਤਮ ਕਰਕੇ ਹਾਂਜੀ ਰੇਤਾਂ ਬਜਰੀ ਤੇ ਟਰਾਂਸਪੋਰਟ ਤੇ ਕੇਬਲ ਟਰਾਂਸਪੋਰਟ ਦੇਖਿਆ 40 ਲੱਖ ਦੀ ਆਮਦਨ ਵਧਦੀ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਪੂਰੇ ਮੰਚ ਨੇ ਹਾਂਜੀ ਔਰ ਅਸੀਂ ਥੋੜ੍ਹਾ ਦੇਣਾ ਚਾਹੀਏ ਇਹਦੇ ਬਾਰੇ ਬੜੀ ਕਲੀਅਰ ਕੱਟ ਇੱਕ ਪਾਲਿਸੀ ਲੈ ਕੇ ਆਉਣ ਲੱਗੇ ਹਾਂ ਹਾਂਜੀ ਪੰਜਾਬ ਦੇ ਉੱਤੇ ਅੱਜ 3 ਲੱਖ ਕਰੋੜ ਦਾ ਜਿਹੜਾ ਕਰਜ਼ਾ ਖੜਾ ਹੋ ਗਿਆ ਹਾਂਜੀ ਇਹ ਸਿਰਫ ਇਸੇ ਕਰਕੇ ਆ ਕਿ ਅਸੀਂ ਰਿਸੋਰਸ ਜਿਹੜੀ ਨੂੰ ਖਤਮ ਕਰ ਦਿੱਤੇ ਨੇ ਹਾਂਜੀ ਹਾਂਜੀ ਅਸੀਂ ਕਰਜ਼ਾ ਚੱਕੀ ਜਾਂਦੇ ਆ ਡਵੈਲਪਮੈਂਟ ਕਰੀ ਜਾਂਦੇ ਇਹਦੇ ਨਾਲੋਂ ਇੱਕ ਡਵੈਲਪਮੈਂਟ ਬੇਸ਼ੱਕ ਘਟ ਹੋਏ ਹਾਂਜੀ ਉਹਦੇ ਚ ਇਹ ਕਰੋ ਕਿ ਇੱਕ ਸਾਨੂੰ ਲੋਕਾਂ ਨੂੰ ਰੋਡ ਮੈਪ ਦੇਣਾ ਪਏਗਾ ਕਿ ਆਹ ਚੀਜ਼ ਕਰਨੀ ਇਹਦੇ ਸਾਨੂੰ ਅੱਜ ਨਹੀਂ ਇਨਕਮ ਆ ਜਿਹੜੀ ਝੂਠ ਬੋਲ ਕੇ ਕਿ ਅਸੀਂ ਅਸਮਾਨ ਨੂੰ ਤੋ ਤਾਰੇ ਤੋੜ ਕੇ ਲਾਵਾਂਗੇ ਇਹ ਲੋਕਾਂ ਨੂੰ ਇਹ ਰਾਜਨੀਤੀ ਬੰਦ ਉਹ ਜਿਹੜੀ ਇਹਨੂੰ ਬਦਲਣੀ ਪੈਣੀ ਹੈ ਸਾਨੂੰ ਲੋਕਾਂ ਨੂੰ ਦੱਸਣਾ ਪੈਣਾ ਕਿ ਆਹ ਰਿਐਲਿਟੀ ਆ ਆ ਪੰਜਾਬ ਖੜਾ ਆ ਪੰਜਾਬ ਦੇ ਵਿੱਚ ਚੀਜ਼ਾਂ ਹੈਗੀਆਂ ਨੇ ਤੇ ਇਵੇਂ ਕਰਾਂਗੇ ਤੇ ਪੰਜਾਬ ਜਿਹੜਾ ਤਰੱਕੀ ਕਰ ਸਕਦਾ ਤੇ ਜਦੋਂ ਅਸੀਂ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਤੇ ਉਹਦੇ ਬਾਅਦ ਚ ਵਾਅਦੇ ਤੇ ਸਾਡੇ ਕੋਲ ਪੂਰਾ ਨਹੀਂ ਉਤਰਿਆ ਜਾਂਦਾ ਤੇ ਵਾਕਈ ਲੋਕ ਨਾਖੀਂਦੇ ਇਹ ਉਹ ਗੱਲਾਂ ਕਰਦੇ ਪੁਰਾਣਾ ਪੰਜਾਬ ਜਿਹੜੇ ਰੰਦਾਬਾਹਬ ਜਿਹੜੀ ਜਿਹੜੀ ਇਹ ਮੁਫਤ ਖਰੀਦ ਦੀਆਂ ਨੀਤੀਆਂ ਨਾ ਹਰ ਵਰਗ ਨੂੰ ਜਿਹੜਾ ਕੁਛ ਨਾ ਕੁਛ ਮੁਫਤ ਦੇਣ ਦੀ ਰਾਜਨੀਤੀ ਪੰਜਾਬ ਸ਼ੁਰੂ ਹੋ ਗਈ ਹੈ ਇਹ ਠੀਕ ਹੈ ਲੋੜਵੰਦ ਹੈ ਕਮਜ਼ੋਰ ਵਰਗ ਹੈ ਜਿਹੜੇ ਸਮਾਜ ਦੇ ਉਹਨਾਂ ਨੂੰ ਸਹਾਇਤਾ ਮਿਲਣੀ ਚਾਹੀਦੀ ਹੈ ਪਰ ਹਰ ਖੇਤਰ ਚ ਜਿਹੜੀ ਮੁਫਤ ਖਰੀਦ ਆ ਉਹਦੇ ਨਾਲ ਵੀ ਜਿਹੜਾ ਸਾਡੇ ਜਿਹੜਾ ਪੰਜਾਬ ਦੀ ਆਰਥਿਕਤਾ ਕਮਜ਼ੋਰ ਹੀ ਹੋ ਰਹੀ ਆ ਇਸ ਸਬੰਧ ਵਿੱਚ ਤੁਹਾਡੀ ਕੀ ਰਾਏ ਹੈ ਮੈਂ ਇਹਦੇ ਚ ਚੰਨੀ ਸਾਹਿਬ ਨੇ ਪਿੱਛੇ ਜਦੋਂ ਆਏ ਸੀ ਸਟੇਟਮੈਂਟ ਦਿੱਤੀ ਸੀ ਕਿ ਤੁਸੀਂ ਵੀ ਸੁਣੀ ਹੋਗੀ ਉਹਨਾਂ ਕਹਿੰਦੇ ਕਿ ਸਾਨੂੰ ਆਟਾ ਦਾਲ ਦੀ ਬਜਾਏ ਪੜਾਈ ਵੱਲ ਧਿਆਨ ਦੇਣਾ ਚਾਹੀਦਾ ਸਾਰੇ ਪੜਾਈ ਫ੍ਰੀ ਕਰੋ ਕਿੱਤੇ ਵੱਲ ਧਿਆਨ ਦੋ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਸਾਨੂੰ ਲੋਕਾਂ ਨੂੰ ਫ੍ਰੀ ਚੀਜ਼ਾਂ ਦੇਣ ਦੀ ਬਜਾਏ ਬੱਚਿਆਂ ਨੂੰ ਇਹੋ ਜਿਹੀ ਐਜੂਕੇਸ਼ਨ ਦੇ ਦਈਏ ਕਿ ਉਹ ਨਾਲ ਦੇ ਗਵਾਂਢੀ ਨੂੰ ਵੀ ਜਿਹੜੇ ਉਹ ਕਹਣਗੇ ਆ ਤੂੰ ਤੇਰੀ ਮੈਂ ਖਰਚਾ ਦੇਣਾ ਤੇ ਇਹਨਾਂ ਨੂੰ ਕਰੀਏ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੋਣੇ ਚ ਇਹਦੇ ਜਿਹੜਾ ਲੋੜਵੰਦ ਆ ਉਹਨੂੰ 100% ਜਿਹੜੀ ਹੈ ਗਵਰਨਮੈਂਟ ਦੀ ਸਿਕਿਉਰਿਟੀ ਦੀ ਲੋੜ ਆ ਬਾਹਰਲੀਆ ਕੰਟਰੀਆਂ ਦੇ ਵਿੱਚ ਤੁਸੀਂ ਦੇਖੋ ਕਿ ਜਿਨ੍ਹਾਂ ਦੇ ਲੋੜਵੰਦ ਉਹਨਾਂ ਨੂੰ ਆਟੋਮੈਟਿਕਲੀ ਉਹਨਾਂ ਦੇ ਘਰਾਂ 'ਚ ਆਈਡੈਂਟੀਫਾਈ ਕਰਕੇ ਇਹਦੇ 'ਚ ਲੋਕ ਉਹਨਾਂ ਨੂੰ ਕੰਪਨਸੇਟ ਕਰਦੇ ਆ ਉਹਨਾਂ ਦਾ ਰਹਿਣ ਸਹਿਣ ਉਹਨਾਂ ਦੇ ਬਜ਼ੁਰਗਾਂ ਦਾ ਜਾਂ ਹੋਰ ਜਿਹੜੇ ਹੈਂਡੀਕੈਪਡ ਨੇ ਜਿਹੜੇ ਲੋੜਵੰਦ ਆ ਉਹਨਾਂ ਤੋਂ ਮਾਨਕੀ ਸਾਨੂੰ ਕਰਨਾ ਪਏਗਾ ਔਰ ਜਿਹੜੀ ਪੈਨਸ਼ਨ ਹੈ ਹਾਂਜੀ ਜਿਹੜੀ 1500 ਕੀਤੀ ਆ ਜਾਂ ਉਹਦੇ ਤੋਂ ਹੋਰ ਕਰਨੀਆਂ ਇਹ ਜਿਹੜੀ 올ਡ एज ਪੈਨਸ਼ਨ ਜਾਂ ਬੁਢਾਪਾ ਔਰ ਵਿਡੋਜ਼ ਜਾਂ ਜਿਹੜੇ ਹੈਂਡੀਕੈਪ ਨੇ ਉਹਨਾਂ ਬੰਦਿਆਂ ਦੇ ਵੱਲ ਸਨਤਾਂ ਦੇ ਕੇ ਤਾਂ ਕਿ ਉਹਨਾਂ ਨੂੰ ਕਿਸੇ ਵੱਲ ਦੇਖਣਾ ਨਾ ਪਏ ਕਿ ਮੈਂ ਲਾਚਾਰ ਹਾਂ ਮੈਂ ਨਹੀਂ ਕੰਮ ਕਰ ਸਕਦਾ ਤੇ ਮੈਨੂੰ ਜੇ ਉਹਨਾਂ ਨੂੰ ਵੀ ਆਪਾਂ ਸੰਭਾਲੀ ਤੇ ਮੇਰੇ ਖਰ ਪੰਜਾਬ ਦੀ ਬਹੁਤ ਥੋੜੀ ਸੇਵਾ ਕਰਾਂਗੇ ਦੂਸਰੀ ਜਿਹੜੀ ਚੀਜ਼ ਹੈ ਕਿ ਜਿਹੜੀ ਡਿਪਾਰਟਮੈਂਟਸ ਨੇ ਇਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕਰਨੀ ਪਏਗੀ ਠੀਕ ਹੈ ਕਿ ਤੁਸੀਂ ਕਰਜ਼ਾ ਚੜਾਉਣ ਲਈ ਨਹੀਂਗੇ ਤੁਸੀਂ ਕੰਮ ਕਰੋਗੇ ਠੀਕ ਹੈ ਜੀ ਮੈਂ ਇਥੇ ਥੋੜਾ ਇਹ ਦੱਸ ਦੇਣਾ ਚਾਹੁੰਦਾ ਕਿ ਮੇਰੇ ਕੋਲ ਕੋਆਪਰੇਟਿਵ ਵੀ ਆ ਹਾਂਜੀ ਬਿਲਕੁਲ ਤੇ ਉਹਦੇ ਵਿੱਚ ਮਾਰਕੀਟ ਦਾ ਕੋਈ 900 ਕਰੋੜ ਦਾ ਲੋਨ ਸੀਗਾ ਸਾਡੇ ਸਿਰ ਦੇ ਉੱਪਰ ਮੈਂ 3.5 ਸਾਲਾਂ ਦੇ ਵਿੱਚ ਉਹਨੂੰ 600 ਕਰੋੜ ਦਾ ਲੋਨ ਉਤਾਰ ਦਿੱਤਾ ਬਹੁਤ ਵੱਡੀ ਗੱਲ ਤੇ ਜੇ ਕੋਆਪਰੇਟਿਵ ਕਈ ਕੰਮ ਕਰ ਸਕਦਾ ਜੇ ਸ਼ੂਗਰ ਮਿਲਾਂ ਚ ਕਰ ਸਕਦੇ ਆ ਮਿਲਕ ਕੁਇਡ ਅਸੀਂ ਪੈਰਾਂ ਤੇ ਖੜਾ ਕਰ ਦਿੱਤਾ ਤੇ ਬਾਕੀ ਡਿਪਾਰਟਮੈਂਟਾਂ ਦੇ ਵੀ ਰਿਸਪੋਨਸੀਬਿਲਟੀ ਫਿਕਸ ਹੋਣੀ ਚਾਹੀਦੀ ਆ ਕਿ ਤੁਸੀਂ ਕਰਜ਼ਾ ਨਹੀਂ ਝੜਾਓਗੇ ਹਾਂਜੀ ਤੁਹਾਡੇ ਅਕਾਉਂਟੇਬਿਲਟੀ ਇਨ ਫਿਕਸ ਕਰਾਂਗੇ ਉਹਨਾਂ ਆਫੀਸਰਾਂ ਦੀ ਕਿ ਤੁਸੀਂ ਕਰਜ਼ਾ ਵਧਾਉਣ ਦੀ ਬਜਾਏ ਕਰਜ਼ੇ ਨੂੰ ਘਟਾਉਣ ਦਾ ਕੀ ਕੀ ਕਰੋਗੇ ਤੁਸੀਂ ਦੇਖਿਆ ਹੋਣਾ ਕਿ ਮਿਲਕ ਕੁਇਡ ਦੇ ਵਿੱਚ ਅੱਜ ਤੱਕ ਮੈਂ ਦੁੱਧ ਦਾ ਰੇਟ ਨਹੀਂ ਘਟਾਇਆ ਹਾਂਜੀ ਹਾਂਜੀ ਦੁੱਧ ਦਾ ਮੈਂ ਰੇਟ ਵਧਾਇਆ ਜਦੋਂ ਘਟ ਰਿਹਾ ਸੀ ਤੇ ਮੈਂ ਦੁੱਧ ਦਾ ਰੇਟ ਵਧਾ ਕੇ ਕਿਸਾਨੀ ਖਤਮ ਨਾ ਹੋ ਜਾਏ ਠੀਕ ਹੈ ਤੇ ਉਹ ਜੇ ਅਸੀਂ ਰੇਟ ਵਧਾ ਕੇ ਫਿਰ ਅਸੀਂ ਐਡ ਪਾਰ ਦੇ ਸਕਦੇ ਹਾਂ ਤੇ ਵਾਈ ਨਾਟ ਅਦਰ ਡਿਪਾਰਟਮੈਂਟਸ ਠੀਕ ਇਹਦੇ ਵਿੱਚ ਬੜੀ ਵੱਡੀ ਗੱਲ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਕਰਜ਼ਾ ਚੜਾਉਣ ਦੀ بجائے ਹਾਂਜੀ ਪੰਜਾਬ ਦਾ ਕਰਜ਼ਾ ਕਿਵੇਂ ਘਟਾਉਣਾ ਉਹਦੇ ਤੇ ਸੋਚਣਾ ਬਹੁਤ ਜ਼ਰੂਰੀ ਹੈ ਇਹਦਾ ਵਸਾ ਜਿਹੜੀਆਂ ਪਿਛਲੇ ਦਿਨੀ ਵੱਡੀਆਂ ਤਬਦੀਲੀਆਂ ਹੋਈਆਂ ਕਾਂਗਰਸ ਪਾਰਟੀ ਦੇ ਅੰਦਰ ਵੀ ਤੇ ਸਰਕਾਰ ਦੇ ਅੰਦਰ ਵੀ ਤੇ ਇਹ ਹਜੇ ਵੀ ਜਿਹੜੀਆਂ ਵਿਰੋਧੀ ਸੁਰਾਂ ਜਿਹੜੀਆਂ ਉਹ ਸੁਣਾਈ ਦੇ ਰਹੀਆਂ ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦੇ ਵਿਚਕਾਰ ਸਮੇਲ ਹੋ ਸਕੇਗਾ ਜਾਂ ਦੂਜੇ ਅਰਥਾਂ ਚ ਕਹਿਣਾ ਹੋਵੇ ਪਾਰਟੀ ਤੇ ਸਰਕਾਰ ਦੇ ਦਰਮਿਆਨ ਬਿਹਤਰ ਤਾਲਮੇਲ ਹੋ ਸਕੇਗਾ ਤੇ 2022 ਦੀਆਂ ਚੋਣਾਂ ਸੁਭਾਵਨਾਵਾਂ ਉਹ ਤੁਹਾਡੀਆਂ ਵੱਧ ਸਕਣਗੀਆਂ ਜਾਂ ਜੇ ਇਸੇ ਤਰ੍ਹਾਂ ਦੀ ਜਿਹੜੀ ਵਿਰੋਧੀ ਸੁਰਾਂ ਰਹੀਆਂ ਇੱਕ ਦੂਜੇ ਦੇ ਖਿਲਾਫ ਕੀ ਪਾਰਟੀ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਮਾਨਕ ਸਾਹਿਬ ਮੈਂ ਜਿਹੜੀ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਲੈਟਰ ਲਿਖੀ ਆ ਹਾਂਜੀ ਮੈਂ ਉਹਨੂੰ ਵਿਰੋਧੀ ਸੁਰ ਨਹੀਂ ਸਮਝਦਾ ਹਾਂਜੀ ਇੱਕ ਪਾਰਟੀ ਨੂੰ ਤੇ ਚੰਗਾ ਜੀ ਡੈਮੋਕ੍ਰੈਟਿਕ ਵੀਚ ਚੱਲਣਾ ਹਾਂਜੀ ਤੇ ਉਸ ਪ੍ਰੈਜ਼ੀਡੈਂਟ ਨੂੰ ਇਹ ਸਾਨੂੰ ਗੱਲਾਂ ਜ਼ਰੂਰ ਦੱਸਣੀਆਂ ਪੈਣਗੀਆਂ ਕਿ ਆਪ ਲੋਕਾਂ ਦੀ ਨਬਜ ਆ ਆ ਇੰਨੇ ਆ ਚੀਜ਼ਾਂ ਕਰੋ ਤੇ ਮੇਰੇ ਖਿਆਲ ਆ ਕਿ ਮੈਂ ਉਹ ਚੀਜ਼ ਨੂੰ ਬਿਲਕੁਲ ਨਹੀਂ ਡਿਨਾਈ ਕਰਦਾ ਜਾਂ ਉਹਨੂੰ ਪਕਾਵਾ ਮੈਂ ਕਹੂੰਗਾ ਕਿ ਜਿਹੜੇ ਸਾਡੇ ਪ੍ਰੈਜ਼ੀਡੈਂਟ ਸਾਡਾ ਮੇਰਾ ਆਪਣੇ ਬਲੌਗ ਪ੍ਰੈਜ਼ੀਡੈਂਟ ਜਾਂ ਜਿਹੜੇ ਸਾਡੇ ਥਲ ਸਾਡੇ ਵਰਕਰ ਨੇ ਕਾਂਗਰਸ ਦੇ ਨੂੰ ਸਾਨੂੰ ਕਹਿੰਦੇ ਨੇ ਕਿ ਆਹ ਚੀਜ਼ ਕਰੋ ਜੀ ਪਿੰਡ ਦੇ ਵਿੱਚ ਤੇ ਫੇਰ ਸਾਨੂੰ ਵੋਟਾਂ ਵੱਧ ਪੈਣਗੀਆਂ ਤਾਂ ਇਸ ਕਰਕੇ ਇਹ ਜਿਹੜੀ ਹਲਦੀ ਜਿੱਥੇ ਕ੍ਰੈਟਿਡੋਟਿਜ਼ਮ ਆਉਂਦਾ ਜਾਂ ਡੈਮੋਕ੍ਰੈਟਿਕ ਵੇਚ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਮੇਰੇ ਖਿਆਲ ਲੱਗੇ ਮੈਨੂੰ ਨਹੀਂ ਇਹ ਜੀ ਕੋਈ ਗੱਲ ਗਲਤ ਲੱਗੀ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜੀ ਚਿੱਠੀ ਲਿਖੀ ਆ ਤੇ ਉਹਨੂੰ ਅਸੀਂ ਕਹੀਏ ਕਿ ਜੀ ਕਾਂਗਰਸ ਦੇ ਵਿਰੋਧੀ ਸੁਰਾਂ ਉੱਠ ਰਹੀਆਂ ਨੇ ਉਹਦੇ ਵਿੱਚ ਸਾਨੂੰ ਹੋਰ ਵਿਜੀਲੈਂਟ ਹੋਵਾਂਗੇ ਅਸੀਂ ਮਿਨਿਸਟਰ ਵੀ ਇਹ ਸੋਚਾਂਗੇ ਕਿ ਸਾਡੇ ਪ੍ਰੈਜ਼ੀਡੈਂਟ ਨੇ ਚੀਫ ਮਿਨਿਸਟਰ ਨੂੰ ਜਾਂ ਸਾਡੀ ਹਾਈ ਕਮਾਂਡ ਨੂੰ ਜਿਹੜੀ ਲੈਟਰ ਲਿਖੀ ਆ ਅਸੀਂ ਉਹ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ ਤਾਂ ਕਿ ਆਪਣੇ ਆਉਣ ਵਾਲੀ ਡਾਇਰੈਕਸ਼ਨ ਦੇ ਵਿੱਚ ਲੋਕਾਂ ਦੇ ਵਿੱਚ ਇਹ ਪ੍ਰਭਾਵ ਪਈਏ ਕਿ ਅਸੀਂ ਆਜ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਪੂਰੇਆ ਕਰ ਦਿੱਤਾ ਸਾਡਾ ਮੇਨ ਫੋਕਸ ਜਿਹੜਾ ਐਸੋਲੀਆ ਉਹ ਇਹ ਹੈ ਕਿ ਲੋਕਾਂ ਦੇ ਵਿੱਚ ਸਰਕਾਰ ਦੀ ਪਰਸੈਪਸ਼ਨ ਜਿਹੜੀ ਬਣ ਗਈ ਸੀ ਹਾਂਜੀ ਕਿ ਇਹ ਜੀ ਰਲ ਗਏ ਨੇ ਇਹ ਜੀ ਕੰਮ ਨਹੀਂ ਕਰਨਾ ਚਾਹੁੰਦੇ ਅਫਸਰਸ਼ਾਹੀ ਜਿਹੜੀ ਬਹੁਤ ਓਵਰ ਪਾਵਰ ਕਰ ਗਈ ਹੈ ਇਹਨਾਂ ਨੂੰ ਪੋਲੀਟੀਕਲ ਬੰਦਿਆਂ ਨੂੰ ਉਹ ਚੀਜ਼ਾਂ ਦਾ ਅਸੀਂ ਇਹ ਤੋੜਿਆ ਔਰ ਦੱਸਿਆ ਕਿ ਨਹੀਂ ਡੈਮੋਕ੍ਰੈਟਿਕ ਵੀਚ ਜਿਹੜੀ ਗਵਰਨਮੈਂਟ ਆਈ ਆ ਉਹ ਲੋਕਾਂ ਲਈ ਆ ਲੋਕਾਂ ਦੇ ਨੁਮਾਇੰਦੇ ਨੇ ਤੇ ਲੋਕਾਂ ਲਈ ਹੀ ਕੰਮ ਕਰੇਗੀ ਜੇ ਆਫੀਸਰਾਂ ਨੇ ਕਰਨੇ ਆ ਤੇ ਫਿਰ ਜਿਹੜਾ ਅੰਗਰੇਜ਼ ਰਾਜ ਸੀ ਉਹ ਕਾਨੂੰ ਜਾਣ ਦੇਣਾ ਸੀ ਤੇ ਲੋਕ ਰਾਜ ਤੇ ਫਿਰ ਇਸੇ ਕਰਕੇ ਕਿ ਲੋਕਾਂ ਦਾ ਰਾਜ ਤੇ ਇਹ ਲੋਕਾਂ ਦਾ ਰਾਜ ਹੈ ਔਰ ਲੋਕਾਂ ਲਈ ਅਸੀਂ ਬਣੇ ਆ ਅਚਰਨਦਾਵ ਸਾਬਾ ਅੱਜ ਕੱਲ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇਵਰ ਦਿਖਾ ਰਹੇ ਆ ਉਹਦੇ ਬਾਰੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੀ ਰਾਜਨੀਤੀ ਚ ਆਮ ਰੋਲ ਰਿਹਾ ਔਰ ਬਹੁਤ ਸਾਰੇ ਮਹੱਤਵਪੂਰਨ ਮੁੱਦਿਆਂ ਤੇ ਉਹ ਬੜੀ ਸਪਸ਼ਟ ਤੇ ਦ੍ਰਿੜਤਾ ਨਾਲ ਆਪਣੀ رائے ਪ੍ਰਗਟ ਕਰਦੇ ਰਹੇ ਉਹਨਾਂ ਨੇ ਸਟੈਂਡ ਵੀ ਲਾਇਆ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਜਾਂ ਪੰਜਾਬ ਦੇ ਹੋਰ ਹੱਕਾਂ ਹਿੱਤਾਂ ਦੀ ਗੱਲ ਹੋਵੇ ਉਹ ਬੜੇ ਡਟ ਕੇ ਤੇ ਬੜੀ ਦਲੇਰੀ ਨਾਲ ਬੋਲਦੇ ਰਹੇ ਪਰ ਜਦੋਂ ਹੁਣ ਉਹਨਾਂ ਤੋਂ ਜਿਹੜਾ ਮੁੱਖ ਮੰਤਰੀ ਦਾ ਅਹੁਦਾ ਚਲਾ ਗਿਆ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਉਹ ਜਿਹੜਾ ਉਹਨਾਂ ਦੀ ਭਾਜਪਾ ਨਾਲ ਨੇੜਤਾ ਵਧੀ ਹੈ ਔਰ ਜਿਸ ਤਰ੍ਹਾਂ ਉਹਨਾਂ ਨੇ ਐਲਾਨ ਕਰਤਾ ਕਿ ਮੈਂ ਇੱਕ ਨਵੀਂ ਪਾਰਟੀ ਬਣਾਉਂਗਾ ਤੇ ਭਾਜਪਾ ਨਾਲ ਰਲ ਕੇ ਅਸੀਂ ਚੋਣਾਂ ਲੜਾਂਗੇ ਤੇ ਜਿਹੜਾ ਕਿਸਾਨ ਅੰਦੋਲਨ ਹੈ ਉਹਦਾ ਕੋਈ ਸਮਝੌਤਾ ਕਰਾ ਕੇ ਉਹ ਜਿਹੜਾ ਰਾਜਨੀਤੀ 'ਚ ਇੱਕ ਨਵੀਂ ਪਾਰੀ ਸ਼ੁਰੂ ਕਰਨਾ ਚਾਹੁੰਦੇ ਆ ਕੀ ਤੁਹਾਨੂੰ ਹੈਰਾਨੀ ਨਹੀਂ ਹੁੰਦੀ ਕਿ ਇੱਕ ਲੀਡਰ ਜਿਹੜਾ ਜਿਹੜਾ ਧਰਮ ਨਿਰਪੱਖਤਾ ਯਕੀਨ ਰੱਖਦਾ ਸੀ ਜਮਹੂਰੀਅਤ ਯਕੀਨ ਰੱਖਦਾ ਸੀ ਫਿਰਕਾ ਪ੍ਰਸਤੀ ਦਾ ਵਿਰੋਧ ਕਰਦਾ ਸੀ ਉਹ ਇੱਕ ਜੇ ਉਹਦੇ ਕੋਲੋਂ ਆਧਾ ਖੁੱਸ ਜਾਂਦਾ ਤੇ ਇੱਕ ਵਾਰੀ ਉਹ ਸਾਰੀਆਂ ਚੀਜ਼ਾਂ ਨੂੰ ਆਪਣੀ ਸਿਧਾਂਤਕ ਪ੍ਰਤੀਬੱਧਾਂ ਨੂੰ ਛਿੱਕੇ ਟੰਗੇ ਉਹ ਆਪਣੇ ਤੋਂ ਜਿਹੜੇ ਵਿਰੋਧੀ ਵਿਚਾਰਾਂ ਵਾਲੀ ਪਾਰਟੀ ਆ ਉਹਦੇ ਨੇੜੇ ਇੱਕਦਮ ਕਿਦਾਂ ਚਲੇ ਜਾਂਦਾ ਹੈ ਇਹ ਮਾਨਕ ਸਾਹਿਬ ਵਾਕਈ ਮੈਨੂੰ ਵੀ ਬੜਾ ਅਫਸੋਸ ਹੋਇਆ ਕਿਉਂਕਿ ਮੈਂ ਮੇਰੇ ਖਿਲ ਪੰਜਾਬ ਦੇ ਵਿੱਚ ਜੇ ਕੋਈ 2-4 ਆਦਮੀ ਸੀ ਉਹਨਾਂ ਚੋਂ ਸਭ ਤੋਂ ਨੇੜੇ ਮੈਂ ਸੀ ਉਹਨਾਂ ਦੇ ਹਾਂਜੀ ਹਾਂਜੀ 2002 ਤੋਂ ਲੈ ਕੇ ਅੱਜ ਤੱਕ ਕੈਪਟਨ ਅਬਰਿੰਦਰ ਸਿੰਘ ਦੇ ਨਾਲ ਪੂਰਾ ਡਟ ਕੇ ਖੜੇ ਰਹੇ ਹਾਂਜੀ ਔਰ ਜਿੱਥੋਂ ਤੱਕ ਦੂਸਰੀ ਸੈਕੰਡ ਟਾਈਮ ਤੇ ਚੀਫ ਮਿਨਿਸਟਰ ਬਣਾਉਣ ਦੀ ਗੱਲ ਹੈ ਉਹਦੇ ਸਾਡਾ ਬੜਾ ਵੱਡਾ ਰੋਲ ਰਿਹਾ ਹਾਂਜੀ ਇਹ ਤੋਂ ਤੱਕ ਕੈਪਟਨ ਨੂੰ ਨੂੰ ਕਹਿਣਾ ਪੈ ਗਿਆ ਸੋਨੀਆ ਗਾਂਧੀ ਜੀ ਨੂੰ ਹਾਂਜੀ ਤਾਂ ਅੱਜ ਮੈਨੂੰ ਅਫਸੋਸ ਹੋ ਰਿਹਾ ਕਿ ਕਿਸ ਬੰਦੇ ਲਈ ਮੈਂ ਕਹਿ ਕੇ ਆਇਆ ਹਾਂ ਹਾਂਜੀ ਕਿਸ ਆਦਮੀ ਲਈ ਇਨਾ ਵੱਡਾ ਸਟੈਂਡ ਲੈ ਲਿਆ ਮੈਂ ਉਹਨਾਂ ਨੂੰ ਇਹ ਕਿਹਾ ਕਿ ਜੇ ਅਮਰਿੰਦਰ ਸਿੰਘ ਕਾਂਗਰਸ ਦਾ ਪ੍ਰੈਜ਼ੀਡੈਂਟ ਨਹੀਂ ਬਣਉਂਦੇ ਤੇ ਸਾਡੀ ਕਾਂਗਰਸ ਨਹੀਂ ਜਿੱਤੇਗੀ ਠੀਕ ਹੈ ਜੀ ਉਹ ਨੂੰ ਉਹਨਾਂ ਨੂੰ ਆਖਿਆ ਕਿ ਜੇ ਨਹੀਂ ਬਣਦਾ ਤੇ ਮੈਂ ਕਾਂਗਰਸ 'ਚ ਨਹੀਂ ਰਹਿਣਾ ਮੈਨੂੰ ਤੁਸੀਂ ਕਾਂਗਰਸ ਖਤਮ ਹੋਦੀ ਮੈਣੀ ਦੇਖ ਸਕਦਾ ਹਾਂਜੀ ਤੇ ਅੱਜ ਉਹ ਆਦਮੀ ਹਾਂਜੀ ਜਿਹਦੇ ਲਈ ਇਹ ਕਿਆ-ਕਿਆ ਹੋਇਆ ਕਿ ਮੈਂ ਜੇ ਅਮਰਿੰਦਰ ਸਿੰਘ ਕਾਂਗਰਸ ਚ ਨਹੀਂ ਉਹਨੂੰ ਤੁਸੀਂ ਪ੍ਰੈਜ਼ੀਡੈਂਟ ਬਣਾਉਂਦੇ ਤੇ ਮੈਂ ਕਾਂਗਰਸ ਛੱਡ ਦਿਆਂਗਾ ਹਾਂਜੀ ਤੇ ਅਗੋਂ ਨਾ ਮੈਨੂੰ ਆਖਿਆ ਕਿ ਯੂ ਆਰ ਸਨ ਆਫ ਸਰਦਾਰ ਸੰਤੂਖ ਸਿੰਘ ਤਰਵਾ ਮੈਂ ਕਿ ਮੈਂ ਬਿਲਕੁਲ ਮੈਂ ਵਹੀ ਬਾਤ ਕਰ ਰਹਾ ਹਾਂ ਹਾਂਜੀ ਕਿ ਕੌਣ ਜੇ ਕਾਂਗਰਸ ਪਹਚਾਉਣੀ ਆ ਐਸ ਲਈ ਅਮਰਿੰਦਰ ਸਿੰਘ ਨੂੰ ਲੈ ਕੇ ਆਓ ਇਹਦੇ ਜਿਹੜੇ ਆ ਇਹਨੂੰ ਪ੍ਰੈਜ਼ੀਡੈਂਟ ਬਣਾਓ ਅਸੀਂ ਦੁਬਾਰਾ ਜਿੱਤਾਂਗੇ ਲੋਕਾਂ ਦਾ ਦਿੱਤੇ ਵਿਸ਼ਵਾਸ ਤੇ ਜਿਹੜੀ ਅੱਜ ਉਹਨਾਂ ਨੇ ਜਿਹੜੀ ਕੱਲ ਸਟੇਟਮੈਂਟ ਦਿੱਤੀ ਸਭ ਤੋਂ ਵੱਧ ਜੇ ਕੋਈ ਨੂੰ ਦੁੱਖ ਹੋਇਆ ਤੇ ਮੈਨੂੰ ਹੋਇਆ ਹਾਂਜੀ ਕਿ ਮੈਂ ਕਿਸ ਇਨਸਾਨ ਦੇ ਨਾਲ ਇੰਨੀ ਜ਼ਿੰਦਗੀ ਆਪਣੀ ਖਰਾਬ ਕਰ ਲਈ ਹਾਂਜੀ ਉਹ ਸਾਦਮੀ ਲਈ ਜਿੰਨੇ ਹਮੇਸ਼ਾ ਹੀ ਬੀਜੇਪੀ ਦੇ ਅਗੇਂਸਟ ਗੱਲ ਕੀਤੀ ਹਾਂਜੀ ਅੱਜ ਕੈਪਟਨ ਅਮਰਿੰਦਰ ਸਿੰਘ ਜੀ ਇਹ ਕਬੀ ਹਾਂਜੀ ਤੇ ਬੀਐਸਐਫ ਜਿਹੜੀ ਪੰਜਾਬ ਚ 50 ਕਿਲੋਮੀਟਰ ਕਰਨੀ ਹੈ ਇਹ ਮੈਂ ਕਹੂੰਗਾ ਕਿ ਪੰਜਾਬੀਆਂ ਦੇ ਪਿੱਠ ਜੂ ਸ਼ੁਰਾ ਮਾਰਿਆ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਮਤਲਬ ਕਿ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਤੋਂ ਹੀ ਸਾਢੇ 4 ਸਾਲ ਤੋਂ ਇਹ ਜਿਹੜੀ ਕਰ ਰਿਆ ਸੀ ਮੋਡਿਊਲ ਫੜੇ ਕੇ ਉਤੋਂ ਡਰੋਨ ਆ ਗਏ ਜੀ ਮਿੱਟਰਫਨ ਬੰਬ ਆ ਗਏ ਹਾਂਜੀ ਹੈਂਡ ਗਰਨੇਡਾ ਆ ਗਏ ਵੈਪਨਸ ਆ ਗਏ ਇਹ ਜਿਹੜੇ ਚੀਜ਼ਾਂ ਨੇ 4.5 ਸਾਲ ਤੋਂ ਕੈਪਟਨ ਨਰੇਂਦਰ ਸਿੰਘ ਗਰਾਊਂਡ ਤਿਆਰ ਕਰ ਰਹੇ ਸੀ ਕਿ ਪੰਜਾਬ ਦੀ ਬਰਬਾਦੀ ਮੈਂ ਕਿਵੇਂ ਕਰਨੀ ਆ ਤੁਸੀਂ ਦੇਖਿਆ ਹੋਣਾ ਕਿ ਪੁਰਾਣੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਜਦੋਂ ਵੇਖਦੇ ਸੀ ਨਾ ਕਿ ਅਸੀਂ ਹਾਰ ਲੱਗੇ ਆ ਉਹ ਆਪਣਾ ਸ਼ਰਾਪੇ ਹੀ ਖਤਮ ਕਰ ਦਿੰਦੇ ਸੀ ਆਪੇ ਹੀ ਉਹਨਾਂ ਨੂੰ ਮਾਰ ਦਿੰਦੇ ਆਪੇ ਉਹਨਾਂ ਨੂੰ ਅੱਗ ਲਾ ਦਿੰਦੇ ਢਾ ਕੇ ਜਾਂਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਉਹ ਰਾਇਲ ਬਲੱਡ ਜਿਹੜਾ ਉਹ ਗਿਆਨੀ ਔਰ ਇਹ ਬਰਦਾਸ਼ਟ ਨਹੀਂ ਕਰ ਸਕਿਆ ਆਪਣੀ ਹਾਰ ਇਹਨਾਂ ਦਾ ਕੈਪਟਨ ਸਾਹਿਬ ਦਾ ਨਾਂ ਪੰਜਾਬ ਦੇ ਵਿੱਚ ਜਿਹੜੀ ਤੁਹਾਨੂੰ ਮੇਰੇ ਤੋਂ ਵੱਧ ਹਿਸਟਰੀ ਪੜੀ ਹੈ ਪੰਜਾਬ ਚ ਬਹੁਤ ਵੱਡੇ ਵੱਡੇ ਦੇਸ਼ ਭਗਤ ਹੋਏ ਨੇ ਤੇ ਪੰਜਾਬ ਚ ਬਹੁਤ ਵੱਡੇ ਗद्दार ਵੀ ਹੋਏ ਨੇ ਸਿੱਖ ਰਾਜ ਖਤਮ ਕਰ ਲਈ ਗਦਾਰਾਂ ਨੇ ਸਿੱਖ ਰਾਜ ਖਤਮ ਕੀਤਾ ਤੇ ਅਮਰਿੰਦਰ ਸਿੰਘ ਦਾ ਉਹਨਾਂ ਦੇ ਵਿੱਚ ਨਾਂ ਲਿਖਿਆ ਜਾਏਗਾ ਕਿ ਪੰਜਾਬ ਦੀ ਡੈਮੋਕ੍ਰੇਸੀ ਜਾਂ ਪੰਜਾਬ ਦੇ ਲੋਕਾਂ ਦੇ ਹਿੱਤ ਅਮਰਿੰਦਰ ਸਿੰਘ ਨੇ ਬੀਜਪੀ ਦੀ ਚੋਲਿਤ ਪਾ ਕੇ ਵੇਚ ਕੇ ਉਥੋਂ ਨਿਕਲੇ ਜੇ ਨਾ ਤੁਸੀਂ ਜਿਹੜੀ ਗੱਲ ਕੀਤੀ ਐ ਕਿ ਕਹਿੰਦਾ ਕਿ ਮੈਂ ਕਿਸਾਨੀ ਮੁੱਦੇ ਹੱਲ ਕਰਾਂਗਾ ਕੈਪਟਨ ਸਾਹਮੁਚਾ ਹੀਦਾ ਸੀ ਜਿਸ ਦਿਨ ਕਿਸਾਨ ਦਿੱਲੀ ਗਏ ਸੀ ਹਾਂਜੀ ਉਸੇ ਦਿਨ ਹੀ ਰਿਜ਼ਾਈਨ ਕਰ ਦਿੰਦੇ ਕਿ ਕਿਸਾਨ ਮੇਰੇ ਦਿੱਲੀ ਗਏ ਆ ਮੈਂ ਬੀਜਪੀ ਵਾਲੇ ਬਿਲਕੁਲ ਜੇ ਤੁਸੀਂ ਇਹਨਾਂ ਦੇ ਮਤ ਮੁੱਦੇ ਨਹੀਂ ਹੱਲ ਕਰਦੇ ਮੈਂ ਰਿਜ਼ਾਈਨ ਕਰ ਰਿਹਾ ਤੇ ਉਸ ਵੇਲੇ ਜਾ ਕੇ ਬੀਜਪੀ ਨੂੰ ਕਹਿਣਾ ਚਾਹੀਦਾ ਕਿ ਮੇਰਾ ਪੰਜਾਬ ਜਿਹੜਾ ਆਂਦਾਤਾ ਜਿੰਨੂੰ ਕਿਹਾ ਗਿਆ ਤੇ ਜੇ ਮੇਰੀ ਤਕਲੀਫ ਆ ਤੁਹਾਨੂੰ ਹਾਂਜੀ ਆ ਲਓ ਮੇਰਾ ਰਿਜ਼ਾਈਨ ਨਾਲ ਅਸੀਂ ਵੀ ਜਾਂਦੇ ਅਸੀਂ ਕੈਪਟਨ ਸਾਹਿਬ ਨੂੰ ਬਹੁਤ ਜ਼ੋਰ ਲਾਇਆ ਹਾਂ ਜੀ ਕਿ ਕੈਪਟਨ ਸਾਹਿਬ ਚੱਲ ਜੀ ਹਾਂਜੀ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਮਿਲ ਗਏ ਤੇ ਸਾਨੂੰ ਕਹਿੰਦੇ ਰਿਹਾ ਕਿ ਨਹੀਂ ਜੀ ਉੱਥੇ ਤੇ ਕੋਰੋਨਾ ਕਰਕੇ ਨਹੀਂ ਕੋਈ ਮਿਲਦਾ ਤੇ ਜਦੋਂ ਦਾ ਕੈਪਟਨ ਸਾਹਿਬ ਉੱਥੇ ਨੇ 1 ਮਹੀਨੇ ਚ 4 ਵਾਰੀ ਦਿੱਲੀ ਚਲੇ ਗਏ ਤੇ ਸਾਢੇ 4 ਸਾਲਾਂ ਚ ਮੇਰੇ ਖਿਆਲ ਸਾਢੇ 4 ਵਾਰੀ ਵੀ ਨਹੀਂ ਦਿੱਲੀ ਗਏ ਪ੍ਰਾਈਮ ਮਿਨਿਸਟਰ ਨੂੰ ਦੋ ਵਾਰ ਹੀ ਮਿਲੇ ਇੱਕ ਅੱਧੀ ਵਾਰੀ ਅਮਨ ਸ਼ਾਹ ਨੂੰ ਕਿਸੇ ਦੇ ਜਿਹੜੇ ਕੋਈ ਵੀਜ਼ਾ ਵੂਜ਼ਾ ਲਵਾਉਣ ਲਈ ਰਿਕੁਐਸਟ ਕਰਨ ਲਈ ਉੱਥੇ ਜਾਂਦੇ ਰਹੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਬੜਾ ਅਫਸੋਸ ਹੈ ਮੈਨੂੰ ਅੱਜ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸਕਿਉਰਿਟੀ ਜਿਹੜਾ ਪ੍ਰਵਚਨ ਆ ਜਿਹਨੂੰ ਉਹ ਪੇਸ਼ ਕੀਤਾ ਸੈਂਟਰ ਦੇ ਸਾਹਮਣੇ ਅੱਜ ਪਿਛਲੇ ਦਿਨੀ ਜਦੋਂ ਅਮਿਤ ਸ਼ਾਹ ਨੂੰ ਮਿਲੇ ਉਹ ਸਾਰੀਆਂ ਫੋਟੋਆਂ ਫੋਟੋਆਂ ਡਰੋਨਸ ਦੀਆਂ ਬਰਾਮਦ ਹੋਏ ਹਥਿਆਰਾਂ ਦੀਆਂ ਲੈ ਕੇ ਗਏ ਆ ਲੋਕ ਇਹ ਕਹਿੰਦੇ ਵੀ ਇਹਦੇ ਆਧਾਰ ਤੇ ਹੀ ਜਿਹੜਾ ਬੀਐਸਐਫ ਦਾ 50 ਕਿਲੋਮੀਟਰ ਦਾ ਘੇਰਾ ਵਧ ਗਿਆ ਲੋਕ ਇਸ ਤਰ੍ਹਾਂ ਮਹਿਸੂਸ ਕਰਦੇ ਆ ਪਰ ਮੈਂ ਰੰਧਾਵਾ ਸਾਹਿਬ ਤੁਹਾਡੇ ਕੋਲੋਂ ਇਹ ਪੁੱਛਣਾ ਚਾਹਨਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਸਾਡੀਆਂ ਸਰਹੱਦਾਂ ਤੇ ਵਧ ਰਿਹਾ ਖਤਰਾ ਜਾ ਚਾਹੇ ਉਹ ਚੀਨ ਦਾ ਪਾਰੇ ਪਾਸੇ ਤੋਂ ਖਤਰਾ ਜਾ ਅਫਗਾਨਿਸਤਾਨ ਵਾਲੇ ਪਾਸੇ ਤੋਂ ਖਤਰਾ ਜਾ ਪਾਕਿਸਤਾਨ ਤੇ ਚੀਨ ਦੀ ਨੇੜਤਾ ਇਹ ਤੋਂ ਤਾਂ ਖਤਰੇ ਸਾਰੇ ਨਜ਼ਰਾਂ ਦੇ ਪਰ ਦੇਸ਼ ਦੇ ਅੰਦਰ ਇੱਕ ਧਰਮ ਨਿਰਪੱਖ ਜਮਹੂਰੀ ਤੇ ਸੰਗੀ ਢਾਂਚੇ ਵਾਲੇ ਦੇਸ਼ ਨੂੰ ਇੱਕ ਧਰਮ ਆਧਾਰਿਤ ਸਟੇਟ ਵੱਲ ਦੇ ਰੂਪ 'ਚ ਬਦਲਣ ਦੇ ਯਤਨ ਹੋ ਰਿਹਾ ਜਿਹਦੇ ਨਾਲ ਦੇਸ਼ ਦੇ ਅੰਦਰ ਘਟਗਿੰਤੀਆਂ ਸੁਰੱਖਿਅਤ ਮਹਿਸੂਸ ਕਰ ਰਹੀਆਂ ਇਹ ਜਿਹੜੇ ਖਤਰੇ ਦੇਸ਼ ਦੇ ਅੰਦਰੋਂ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਲਈ ਉੱਭਰ ਰਹੇ ਆ ਇਹਦੇ ਇਹਦੇ ਬਾਰੇ ਕੈਪਟਨ ਅਮਰਿੰਦਰ ਸਿੰਘ ਕੋਈ ਗੱਲ ਕਿਉਂ ਨਹੀਂ ਕਰਦੇ? ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੈਪਟਨ ਸਾਹਿਬ ਦੇ ਜਿਹੜਾ ਰਾਜਕੁਰਾਣਾ ਹਾਂਜੀ ਤੁਸੀਂ ਵੇਖਿਆ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਕਾਲੇ ਤੋਂ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਇਹ ਨਹੀਂ ਰਲੇ ਹਾਂਜੀ ਜੇ ਸੈਕੂਲਰ ਹੁੰਦੇ ਹਾਂਜੀ ਮਹਾਰਾਜਾ ਰਣਜੀਤ ਸਿੰਘ ਤੋਂ ਵੱਡਾ ਕੋਈ ਸੈਕੂਲਰ ਨਹੀਂ ਆਇਆ ਰਾਜਾ ਹਾਂਜੀ ਜਿਹੜੀ ਤੁਸੀਂ ਅਫਗਾਨਿਸਤਾਨ ਦੀ ਗੱਲ ਕੀਤੀ ਹੈ ਇੱਕ ਬੰਦਾ ਉਥੇ ਝੰਡਾ ਚੜਾ ਸਕਿਆ ਉਹ ਮਹਾਰਾਜਾ ਰਣਜੀਤ ਸਿੰਘ ਸੀ ਹਰੀ ਸਿੰਘ ਨਲੂਏ ਨੇ ਜਾ ਕੇ ਉੱਤੇ ਕਬਜ਼ਾ ਕੀਤਾ ਤੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਵੀ ਇਹਨਾਂ ਦੇ ਨਾਲ ਨਹੀਂ ਕਰੇ ਅੰਗਰੇਜ਼ਾਂ ਦੇ ਨਾਲ ਲੜੇ ਦੇ ਅਖੀਰ ਤੱਕ ਅੰਗਰੇਜ਼ਾਂ ਦੀ ਬੋਲੀ ਬੋਲਦੇ ਰਹੇ ਤੇ ਅੱਜ ਦੇਸ਼ ਭਗਤੀ ਦੀ ਗੱਲ ਮੇਰਾ ਖਿਆਲ ਕਿ ਕੈਪਟਨ ਸਾਹਿਬ ਦੇ ਜ਼ੁਬਾਨ ਤੋਂ ਕਦੀ ਦੇਸ਼ ਭਗਤੀ ਦੀ ਗੱਲ ਨਹੀਂ ਆਏਗੀ ਕਿਉਂਕਿ ਦੇਸ਼ ਭਗਤਾਂ ਨੂੰ ਉਹ ਜਿਹੜੇ ਸੇਵਾ ਸਿੰਘ ਠੀਕਰੀ ਵਾਲੇ ਵਰਗਨ ਉੱਤੇ ਤਸ਼ੱਦਦ ਕਰਦੇ ਰਹੇ ਤੇ ਦੇਸ਼ ਭਗਤੀ ਇਹਨਾਂ ਚ ਕਿੱਥੋਂ ਆ ਜਾਏਗੀ ਇਹ ਮੈਨੂੰ ਤਾਂ ਕਹਿਣਾ ਪੈ ਰਿਹਾ ਕਿ ਕੈਪਟਨ ਸਾਹਿਬ ਨੂੰ ਜਿਹੜੀ ਸਾਡੇ ਨਾਲ ਜਦੋਂ ਗੱਲ ਕਰਦੇ ਕਿ ਵਾਕਿਆ ਜਿਹੜੀ ਤੁਸੀਂ ਗੱਲ ਕੀਤੀ ਆ ਉਹ ਕਹਿੰਦੇ ਕਿ ਬੜੇ ਜਿਹੜੇ ਨੇ ਫਿਰਕਾਪਰਸਤ ਨੇ ਬੀਜੇਪੀ ਵਾਲੇ ਹਾਂਜੀ ਜਦੋਂ ਚੀਫ ਮਿਨਿਸਟਰ ਬਣਾਇਆ ਮੈਂ ਜੇ ਕਰ ਦੂਗਾ ਤਾਂ ਉਹ ਕਰਾਂਗਾ ਤੇ ਅੱਜ ਉਸੇ ਫਿਰਕਾਪਰਸਤਾਂ ਦੇ ਕੋਲ ਹਾਂਜੀ ਵਾਕਿਆ ਕਦੀ ਨਹੀਂ ਬੋਲੇ ਅੱਜ ਤੱਕ ਨਹੀਂ ਬੋਲੇ ਹਾਂਜੀ ਕਿਉਂਕਿ ਇਸ ਕਰਕੇ ਨਹੀਂ ਬੋਲੇ ਤੇ ਉਹ ਇਹਨਾਂ ਦੀ ਬਾਹ ਮਰੋੜਦੇ ਸੀ ਹਾਂਜੀ ਕੇਸਾਂ ਕੁਸਾਂ ਦੇ ਮਾਮਲੇ ਕੇਸਾਂ ਤੇ ਸਾਰੇ ਕੇਸ ਮੁੰਡੇ ਮੇ ਇਹਨਾਂ ਦੇ ਬੇਟੇ ਦਾ ਕੇਸ ਮਹਾਰਾਣੀ ਪ੍ਰਨੀਤਕੌਰ ਦਾ ਪੇ ਕੇਸ ਕੈਪਟਨ ਅਬਰਿੰਦਰ ਸਿੰਘ ਦੇ ਕੇਸ ਇਹਨਾਂ ਦੇ ਹੋਰ ਕੇਸ ਕਈ ਰਿਸ਼ਤੇਦਾਰਾਂ ਦੇ ਕੇਸ ਈਡੀ ਕੋਲ ਜਿਹੜੇ ਮਨੀ ਲਾਂਡਰਿੰਗ ਸਾਰੇ ਕੇਸ ਉਹਨਾਂ ਕਹਿੰਦੇ ਕਿ ਸੀਬੀਆਈ ਦੇ ਕੇਸ ਉਹ ਜਿਹੜੀਆਂ ਚੀਜ਼ਾਂ ਨੇ ਕੈਪਟਨ ਅਬਰਿੰਦਰ ਸਿੰਘ ਉਹਨਾਂ ਚੀਜ਼ਾਂ ਤੋਂ ਡਰ ਕੇ ਆਪਣੇ ਕੁੱਟ ਨਹੀਂ ਟੇਕਿਆ ਜੇ ਤੁਸੀਂ ਇਹ ਕਹੀ ਹੈ ਕਿ ਕੈਪਟਨ ਅਬਰਿੰਦਰ ਸਿੰਘ ਬੜੇ ਸਟੈਂਡ ਵਾਲੇ ਸੀ ਤੁਸੀਂ ਇਹੀ ਗੱਲ ਕਹੀ ਹੈ ਸਟੈਂਡ ਸਾਡੇ ਕਰਕੇ ਸੀ ਕਿ ਅਸੀਂ ਇਹਦੇ ਪਿੱਛੇ ਖੜੇ ਸੀ ਕਿ ਅਸੀਂ ਤੇਰੇ ਨਾਲ ਸਟੈਂਡ ਲਾਓ ਜੇ ਤੂੰ ਇਹ ਕਦੇ ਪਾਣੀਆਂ ਦੀ ਮੁੱਦਾ ਜਿਹੜਾ ਹੱਲ ਕੀਤਾ ਪੂਰੀ ਕਾਂਗਰਸ ਨਾਲ ਖੜੀ ਅਮਰਿੰਦਰ ਸਿੰਘ ਕੱਲਾ ਨਹੀਂ ਕਰ ਸਕੀ ਠੀਕ ਹੈ ਕਾਂਗਰਸ ਦੇ ਨਾਲ ਸੋਨੀਆ ਗਾਂਧੀ ਜਾਂ ਹੋਰਨਾਂ ਸਾਰਿਆਂ ਉਹਦੇ ਨਾਲ ਖੜੇ ਹੋਏ ਨੇ ਜੇ ਹੁਣ ਸੋਨੀਆ ਗਾਂਧੀ ਕਹਿ ਸਕਦੀ ਕਿ ਰਿਜ਼ਾਈਨ ਕਰ ਜਾ ਤੇ ਜਿਸ ਵੇਲੇ ਪਾਣੀਆਂ ਦੀ ਗੱਲ ਕੀਤੀ ਉਦੋਂ ਨਹੀਂ ਸੀ ਕਹਿ ਸਕਦੀ ਰਿਜ਼ਾਈਨ ਕਰ ਠੀਕ ਹੈ ਇਹ ਜਿਹੜੀ ਪਾਰਟੀਆਂ ਦੇ ਦੇਖੋ ਜਿਹੜੇ ਸਿਰਾਂ ਦੇ ਮੁੱਲ ਪੈਂਦੇ ਨੇ ਉਹ ਉਹ ਇੱਕ ਤੁਹਾਡੇ ਪਿੱਛੇ ਫੌਜ ਹੋਏ ਤੇ ਫੇਰ ਹੀ ਪੈਂਦੇ ਨੇ ਤੇ ਇਹ ਜਿਹੜੀਆਂ ਚੀਜ਼ਾਂ ਨੇ ਮੈਂ ਇਹ ਕਹਾਂਗਾ ਕਿ ਕੈਪਟਨ ਸਾਹਿਬ ਧਿਆਨ ਸਿੰਘ ਡੋਗਰੇ ਨਾਂ ਬਣੋ ਠੀਕ ਹੈ ਆਖਰੀ ਉਮਰ ਚ ਆਖਰੀ ਉਮਰ ਚ ਇਹ ਨਾ ਕਰੋ ਠੀਕ ਹੈ ਕਿ ਆਪਣੇ ਮੱਥੇ ਤੇ ਕਲੰਕ ਨਾ ਲਵਾ ਕੇ ਜਾਓ ਠੀਕ ਹੈ ਅਚ ਰੰਧਾਵਾ ਸਾਹਿਬ ਜਿਹੜੀ ਤੁਸੀਂ ਜਾਣਦੇ ਆ ਕਿ ਪੰਜਾਬ ਥੋੜਾ ਜਿਹਾ ਖੁਦ ਮਖਤਿਆਰ ਸੁਭਾਅ ਵਾਲੇ ਲੋਕਾਂ ਦਾ ਇੱਕ ਰਾਜ ਹੈ ਇਹਨਾਂ ਦੀ ਅਣਖ ਤੇ ਗੈਰਤ ਨਾਲ ਸ਼ਾਨ ਨਾਲ ਜਿਉਣਾ ਚਾਹੁੰਦੇ ਆ ਇਹਦੇ ਵਿੱਚ ਅਸੀਂ ਖੜਕੂਬਾਦ ਦਾ ਦੌਰ ਵੀ ਦੇਖਿਆ ਬੜਾ ਕੁਝ ਗਲਤ ਹੋਇਆ ਉਹਦੇ ਵਿੱਚ ਬਹੁਤ ਸਾਰੀਆਂ ਕੀਮਤੀ ਜਾਨਾਂ ਗਈਆਂ ਉਦੋਂ ਅਸੀਂ ਦੇਖਿਆ ਕਿ ਪੰਜਾਬ ਦੇ ਚੱਪੇ-ਚੱਪੇ ਤੇ ਕੇਂਦਰੀ ਸੁਰੱਖਿਆ ਅਦਾਲਤਾਂ ਆਤ ਸੀਗੇ ਔਰ ਉਹ ਜਿਹੜੇ ਉਹਨਾਂ ਦਲਾਂ ਦੇ ਜਿਹੜੇ ਜਵਾਨ ਆ ਉਹਨਾਂ ਨੂੰ ਪੰਜਾਬ ਦੇ ਇਤਿਹਾਸ ਪੰਜਾਬ ਦੇ ਸੱਭਿਆਚਾਰ ਪੰਜਾਬ ਦੀ ਜ਼ੁਬਾਨ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਹੈ ਤੇ ਇਸ ਕਰਕੇ ਕਈ ਵਾਰ ਗਲਤ ਫਹਮੀ ਕਰਕੇ ਕਈ ਵਾਰ ਉਂਝੇ ਜਿਹੜੇ ਜਿਹੜੀ ਉਹਨਾਂ ਚ ਜਿਹੜੀ ਕੇਂਦਰੀ ਦਲਾਂ ਚ ਥੋੜੀ ਜੇ ਹੁੰਦੀ ਆ ਆਪਣੀ ਹੁੰਮੇ ਉਹਦੇ ਕਰਕੇ ਸਾਡੇ ਸਥਾਨਕ ਲੋਕਾਂ ਨਾਲ ਟਕਰਾ ਹੁੰਦੇ ਰਹੇ ਉਹਦੇ ਨਾਲ ਕਈ ਥਾਵਾਂ ਤੇ નિર્ਦੋਸ਼ ਲੋਕ ਸਰਖਿਆ ਦਰਾਂ ਤੋਂ ਮਾਰੇ ਵੀ ਗਏ ਪੰਜਾਬ ਚ ਅਸੀਂ ਜਿਹੜਾ 10-12 ਸਾਲ ਦਾ ਖੜਗੂਬਾਦ ਦਾ ਦੌਰ ਸੀ ਉਹ ਦੇਖਿਆ ਕਿ ਐਦਾਂ ਦੇ ਹਾਲਾਤ ਤਾਂ ਨਹੀਂ ਪੈਦਾ ਹੋ ਜਾਣਗੇ ਕਿ ਜਿੱਦਾਂ ਹੁਣ ਸਾਡਾ ਬਾਰਡਰ ਬੀਐਸਐਫ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਆ ਰਹੀਏ ਤੱਕ ਉਹ ਸਾਡੇ ਉਹਨਾਂ ਦਾ ਬੀਐਸਐਫ ਦੇ ਅਧਿਕਾਰ ਖੇਤਰ 'ਚ ਅਸੀਂ ਆ ਗਏ ਕੀ ਲੋਕਾਂ ਨੂੰ ਇਹਦੇ ਨਾਲ ਪਰੇਸ਼ਾਨੀ ਹੋਏਗੀ ਜਾਂ ਇਸ ਤਰ੍ਹਾਂ ਦੀਆਂ ਕੇਂਦਰ ਦੀਆਂ ਯੋਜਨਾਵਾਂ ਤੋਂ ਅੱਜਕੱਲ੍ਹ ਲੋਕ ਬਹੁਤ ਸ਼ੱਕ ਕਰਦੇ ਆ ਕਿ ਕੇਂਦਰੀ ਏਜੰਸੀਆਂ ਨੂੰ ਕੇਂਦਰ ਸਰਕਾਰ ਵਰਤ ਰਹੀ ਆ ਕਾਨੂੰਨ ਨੂੰ ਉਹ ਸੁਰੱਖਿਆ ਦਲਾਂ ਨੂੰ ਵੀ ਵਰਤ ਰਹੀ ਆ ਕੀ ਲੋਕਾਂ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਉਨਾ ਦਾ ਤੱਕੇជាਹੀ ਜਾਂ ਇਸ ਤਰ੍ਹਾਂ ਦਾ ਜ਼ਬਰ ਤੇ ਜ਼ੁਲਮ ਤਨੇ ਲੋਕਾਂ ਨੂੰ ਸਹਿਣਾ ਪਏਗਾ ਤੇ ਜੇ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀਆਂ ਸੁਭਾਵਨਾਵਾਂ ਪੈਦਾ ਹੋ ਸਕੀਆਂ ਤੇ ਫਿਰ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਜਿਹੜੇ ਅਧਿਕਾਰ ਵਿਦਾਏ ਗਏ ਆ ਬੀਐਸਐਫ ਦੇ ਇਹਨੂੰ ਰੋਕਣ ਲਈ ਜਾਂ ਇਹ ਤੋਂ ਇਹਦਾ ਕੋਈ ਹੱਲ ਕੱਢਣ ਲਈ ਉਹ ਕਿਸ ਤਰ੍ਹਾਂ ਦੀ ਰਣਨੀਤੀ ਇਕਤਿਆਰ ਕਰ ਸਕਦੀ ਹੈ ਮੈਂ ਬਿਲਕੁਲ ਤੁਹਾਜੀ ਬੜਾ ਮਾਨਸਾਪੋਰਟ ਗਿਆ ਬਹੁਤ ਜਿਹੜਾ ਕੁਐਸਚਨ ਕੀਤਾ ਕਿ बीएसएफ एजेंसी आरपीएफ ਉਸ ਟਾਈਮ ਦੇ ਉੱਤੇ ਮੈਂ ਤੁਹਾਨੂੰ ਰੀਸੈਂਟਲੀ ਦੱਸ ਦਿੰਦਾ ਸਾਲ 1.5 ਸਾਲ ਪਹਿਲਾਂ ਦੀ ਗੱਲ ਆ ਹਾਂਜੀ ਫਿਰ ਇੱਕ ਚੰਦੂੜ ਵਾਲਾ ਪਿੰਡ ਆ ਬਿਲਕੁਲ ਬਾਰਡਰ ਦੇ ਉੱਪਰ ਹਾਂਜੀ ਉੱਥੇ ਰਾਵੀ ਦਰਾ ਬਿਲਕੁਲ ਹਿੱਟ ਕਰਦਾ ਸਾਹਮਣੇ ਤੇ ਉੱਥੇ ਉਹਨੇ ਕੱਟ ਜਿਹੜਾ ਸਟਾਰਟ ਹੋ ਗਿਆ ਉਦੋਂ ਜੀ ਬੀਐਸਐਫ ਵਾਲੇ ਨੇ ਆਪ ਕਿਹਾ ਕਿ ਇਹ ਜ਼ਮੀਨਾਂ ਜਿਹੜੀਆਂ ਨੇ ਬੀਐਸਐਫ ਦੀ ਪੋਸਟ ਤੱਕ ਉਹ ਪਹੁੰਚ ਜਾਣਾ ਸੀ ਤੇ ਮੈਂ ਉੱਥੇ ਸਪਾਰ ਬਣਾਉਣ ਲਈ ਇਹ ਇਰੀਗੇਸ਼ਨ ਡਿਪਾਰਟਮੈਂਟ ਉਹ ਡਰੇਨੇਜ ਡਿਪਾਰਟਮੈਂਟ ਦਾ ਮੈਂ ਕੋਈ 2.5 ਕਰੋੜ ਰੁਪਏ ਕਰਾ ਕੇ ਇਹਦੇ ਚ ਕਿਸਾਨਾਂ ਦੀ ਜ਼ਮੀਨ ਵੀ ਜਾ ਰਹੀ ਹੈ ਉਤਾਰ ਤੋਂ ਅੱਗੇ ਸੀ ਮੈਂ ਜਦੋਂ ਆਪ ਗਿਆ ਐਜ਼ ਅ ਮਿਨਿਸਟਰ ਕੋਆਪਰੇਸ਼ਨ ਮਿਨਿਸਟਰ ਜੀਐਲ ਸੀਗਾ ਉੱਥੇ ਮੇਰੇ ਗਨਮੈਨ ਵੀ ਉਹਨਾਂ ਨੇ ਬਾਹਰ ਖੜੇ ਕੀਤੇ ਮੇਰਾ ਆਪਣਾ ਪਰਸਨਲ ਮੋਬਾਈਲ ਉਹਨਾਂ ਆਖਿਆ ਜੀ ਤੁਸੀਂ ਉੱਥੇ ਲੈ ਕੇ ਨਹੀਂ ਜਾ ਸਕਦੇ ਹਾਂਜੀ ਡੈਪਟੀਕੂਸ਼ਨ ਮੇਰੇ ਨਾਲ ਸੀ ਉਹਨੂੰ ਵੀ ਕਿਹਾ ਗਿਆ ਜਿੰਨੇ ਪੂਰੇ ਡਿਸਟ੍ਰਿਕਟ ਚ ਆਰਡਰ ਵੀ ਉਹਦੇ ਨੂੰ ਬੀਐਸਐਫ ਨੂੰ ਵੀ ਉਹਦੇ ਮੰਨਣੇ ਪੈਂਦੇ ਆ ਉਹਦਾ ਵੀ ਮੋਬਾਈਲ ਬਾਰਕ ਹੋਇਆ ਗਿਆ ਸੀ ਤੇ ਤੁਸੀਂ ਉੱਥੇ ਮੋਬਾਈਲ ਲੈ ਕੇ ਨਹੀਂ ਜੀ ਉਹ ਮੇਰੇ ਤੋਂ ਫੈਂਸਿੰਗ ਤੋਗੇ ਨਹੀਂ ਜਾ ਸਕਦੇ ਤੇ ਜੇ ਇਨੀ ਮਨਿਸਟਰ ਦੇ ਨਾਲ ਹੋ ਸਕਦੀ ਆ ਤੇ ਆਮ ਆਮ ਨਾਗਰਿਕ ਦਾ ਕੀ ਹੋਊਗਾ ਨਾਗਰਿਕ ਦਾ ਕੀ ਹਾਲ ਹੋਏਗਾ ਜੋ ਖੇਤੀ ਜਾਂਦੇ ਆ ਕਿਸਾਨ ਉਹਦੇ ਮੈਂ ਖੇਤੀ ਕਰਦੇ ਜਾਂਦੇ ਜੋ ਉਹਨਾਂ ਨੂੰ ਸੈਨਾ ਕਰਨਾ ਪੈਂਦਾ ਜਿਹੜੇ ਖੇਤੀ ਕਰ ਜਾਂਦੇ ਮੇਰਾ ਤੇ ਸਾਰਾ ਮੇਰਾ ਆਪਣਾ ਇਲਾਕਾ ਸਾਰਾ ਬਾਰਡਰ ਤੇ ਆ ਤੇ ਉਹਦੇ ਉੱਤੇ ਸਵੇਰੇ 8 ਵਜੇ ਅਲੋਕ ਕਰਦੇ ਸ਼ਾਮੀ 5 ਵਜੇ ਬੰਦ ਕਰ ਦਿੰਦੇ ਆ ਤੇ ਉਹਦੇ ਜੋ ਜਦੋਂ ਕਰਦੇ ਪਹਿਲਾਂ ਵਿਸਲ ਮਾਰਦੇ ਲੋਕ ਡਰਦੇ ਹੁੰਦੇ ਕਿ ਇਹਨਾਂ ਨੇ ਦੁਬਾਰਾ ਸਾਨੂੰ ਦੂਸਰੇ ਦਿਨ ਆਉਣ ਨਹੀਂ ਦੇਣਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਮੈਂ ਇਹੀ ਗੱਲ ਕਹਿ ਰਿਹਾ ਕਿ 50000 ਸਕੁਅਰ ਕਿਲੋਮੀਟਰ ਸਾਡਾ ਏਰੀਆ 50 ਹਾਂਜੀ 50000 50000 ਉਹਦੇ ਚੋਂ ਤੁਸੀਂ 50 ਲਾ ਲੋ ਇਹਨਾਂ ਕਿਲੋਮੀਟਰ ਦੇ ਅੰਦਰ ਆਗੇ ਇਹਦਾ ਮਤਲਬ ਆਲਮੋਸਟ ਕੋਈ 50 51% BSF ਉਹਦੇ ਤੇ ਕੰਟਰੋਲ ਕਰੀ ਉਹਤੇ ਚ ਉਹਨੇ ਕਿਹਾ ਕਿ ਕਿਸੇ ਨੂੰ ਵੀ ਸੀਜ਼ ਕਰ ਸਕਦੇ ਆ ਹਾਂਜੀ ਪੂਰਾ ਪੇਂਡਾ ਸੀ ਨਾਕਾਬੰਦੀ ਕਰ ਸਕਦੇ ਆ ਉਹਤੇ ਤੇ ਕੇਸ ਰਜਿਸਟਰ ਕਰ ਸਕਦੇ ਆ ਕਿਸੇ ਦੀ ਘਰ ਦੀ ਤਲਾਸ਼ੀ ਲੈ ਸਕਦੇ ਆ ਇਹ ਤਾਂ ਮਤਲਬ ਜਿਹੜੇ ਅਸੀਂ ਪੰਜਾਬੀ ਆ ਹਾਂਜੀ ਇਹ ਇਹ ਅਸੀਂ ਜਰਾਈਪੇਸ਼ਾ ਚੱਕ ਦੇ ਦਾਰੇ ਚੱਕ ਦੇ ਦਾਰੇ ਨਹੀਂ ਸ਼ੱਕ ਦੇ ਦਾਰੇ ਜੋ ਜਰਾਈਪੇਸ਼ਾ ਸੀਗੇ ਜਿਹੜੇ ਪੁਰਾਣੇ ਕਿ ਅਸੀਂ ਉਸ ਚੀਜ਼ ਤਾਂ ਕਿ ਜਦੋਂ ਮਰਜੀ ਤੁਸੀਂ ਸਾਡੇ ਬੱਚੇ ਸੋਤੇ ਹੋਣ ਸਾਡੇ ਲੇਡੀਜ਼ ਅੰਦਰ ਪਈ ਹੋਣ ਜਦੋਂ ਮਰਜੀ ਰਜਾਈਆਂ ਖਿੱਚੋ ਜਾਣ ਕੇ ਬਾਹਰ ਨਿਕਲੋ ਕਰੋ ਵੀ ਸਾਈਡ ਤੇ ਖੜੇ ਹੋ ਜਾ ਇਹ ਕਦੀ ਪੰਜਾਬ ਦੀ ਗਵਰਨਮੈਂਟ ਬਰਦਾਸ਼ਤ ਨਹੀਂ ਕਰੇਗੀ ਮੈਂ ਮੈਂ ਗੱਲ ਕੀਤੀ ਹੈ ਕਿ ਇਹਦੇ ਲਈ ਸਾਨੂੰ ਜੇ ਲੀਗਲੀ ਵੀ ਕੋਈ ਕਰਨਾ ਪਿਆ ਕੋਰਟ ਚ ਜਾਣਾ ਪਿਆ ਉਹ ਅਸੀਂ ਕੇਸ ਸਟਾਰਟ ਕਰ ਰਹੇ ਹਾਂ ਪੰਜਾਬ ਪਿੰਡ ਹਰਿਆਣਾ ਹਾਈ ਕੋਰਟ ਦੇ ਅਗੇਂਸਟ ਵੀ ਜਾਵਾਂਗੇ ਕਿ ਸਾਡੇ ਜਿਹੜਾ ਆਧਨ ਸਵਾ ਦਾ ਸੈਸ਼ਨ ਬੁਲਾ ਕੇ ਜਿਹੜੀ ਕੇਂਦਰ ਨੇ ਫੈਸਲਾ ਕੀਤਾ ਇਹਨੂੰ ਅਰਾਧਨ ਨਹੀਂ ਕਰਨਾ ਚਾਹੀਦਾ ਬਿਲਕੁਲ ਕਰਾਂਗੇ ਉਹਦੇ ਚ ਰੱਤ ਵੀ ਕਰਾਂਗੇ ਜਿਹੜਾ ਇਹਨਾਂ ਨੇ ਇਹ ਕਹਿੰਦੇ ਆ ਜੀ ਅਸੀਂ ਗੁਜਰਾਤ ਪ੍ਰੇਡ ਇਹਨੂੰ ਅਸਾਮ ਅਸਾਮ ਜਾਂ ਇਧਰਲੇ ਏਰੀਏ ਰਾਜਸਥਾਨ ਜੀ ਐਨ ਕੇ ਤਾਂ ਮੈਂ ਪੁੱਛਣਾ ਚਾਹੁੰਨਾ ਕਿ ਜੀ ਐਨ ਕੇ ਚ ਇਹਨਾਂ ਸਟੇਟ ਵੀ ਤੋੜ ਦਿੱਤੀ ਹਾਂਜੀ ਇਹਨਾਂ ਜੁਨੀਅਨ ਟੈਰੀਟਰੀ ਵੀ ਬਣਾ ਲਈ ਹਾਂਜੀ ਇਹਨਾਂ ਨੇ ਇੱਕ ਵੱਖਰਾ ਲੈਫਟੇਨੈਂਟ ਗਵਰਨਰ ਵੀ ਉੱਥੇ ਲਾ ਦਿੱਤਾ ਹਾਂਜੀ ਦੋ ਤਿੰਨ ਹਿੱਸੇ ਕਰ ਦਿੱਤੇ ਹਾਂਜੀ ਆਰਮੀ ਉੱਥੇ ਬੈਠੀ ਐ ਸੀਆਰਪੀਓ ਉੱਤੇ ਬੈਠੀ ਐ ਬੀਐਸਐਫ ਉੱਤੇ ਬੈਠੇ ਉੱਥੇ ਦੇ ਕੰਟਰੋਲ ਨਹੀਂ ਕਰ ਸਕੀ ਹਾਂਜੀ ਤੇ ਉਹਦੇ ਚ ਅੱਗੇ ਲਿਆ ਕੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਮੈਨੂੰ ਨਹੀਂ ਪਤਾ ਇਹਨਾਂ ਦਾ ਮੋਟਿਵ ਕੀ ਆ ਤੇ ਇਹ ਕੀ ਕਰਨਾ ਚਾਹੁੰਦੇ ਆ ਤੇ ਕੀ ਦਿਖਾਉਣਾ ਚਾਹੁੰਦੇ ਆ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਤੇ ਇੱਕ ਗੱਲ ਦੱਸ ਦੇਣੀ ਚਾਹੁੰਦਾ ਕਿ ਪੰਜਾਬੀ ਜਿਹੜੇ ਨੇ ਇਹ ਕਦੀ ਕਿਸੇ ਤੋਂ ਉਸ ਮੰਨ ਕੇ ਨਹੀਂ ਚਲਦੇ ਹਾਂਜੀ ਇਹ ਕਦੀ ਡਰੇ ਨਹੀਂ ਹਾਂਜੀ ਅੱਤਵਾਦ ਜੇ ਖਤਮ ਹੋਇਆ ਤੋ ਪੰਜਾਬ ਪੁਲਿਸ ਨੇ ਕੀਤਾ ਸੈਂਟਰਲ ਫੋਰਸਸ ਕੋਲ ਉਹ ਅੱਤਵਾਦ ਖਤਮ ਨਹੀਂ ਹੋਇਆ ਹਾਂਜੀ ਪੰਜਾਬ ਪੁਲਿਸ ਅੱਜ ਵੀ ਦੁਨੀਆ ਦੀ ਸਭ ਤੋਂ ਬੈਸਟ ਪੁਲਿਸ ਹੈ ਹਾਂਜੀ ਜਿਹਦੇ ਤੇ ਮਾਣ ਕੀਤਾ ਜਾ ਸਕਦਾ ਮੈਂ ਉਸ ਦਿਨ ਰਾਤ ਪੂਰੇ ਬਾਰਡਰ ਤੇ ਪੂਰੇ ਬਾਰਡਰ ਤੇ ਨਹੀਂ ਕਹਿ ਸਕਦਾ ਕਿ ਮੈਂ ਅੰਮ੍ਰਿਤਸਰ ਗੁਰਦਾਸਪੁਰ ਦਾ ਥੋੜਾ ਏਰੀਆ ਡੇਰ ਬਾਬਾ ਨਾਨਕ ਤੱਕ ਰਿਆਂ ਕੋਈ ਮੈਂ 4-5 ਘੰਟੇ ਉੱਥੇ ਕਿਥੀਆਂ ਤੇ ਜਿੱਥੇ ਪੰਜਾਬ ਪੁਲਿਸ ਬੀਸੀਆਰਪੀਐਫ ਦੀ ਗੱਲ ਕਰਦੇ ਆ ਉਥੇ ਪੰਜਾਬ ਪੁਲਿਸ ਸੀਆਰਪੀਐਫ ਦੇ ਨਾਲ ਪੂਰੀ ਖੜੀ ਸੀਗੀ ਹਾਂਜੀ ਫਸਟ ਨਾਕਾ ਸਾਡਾ ਜੁਆਇੰਟ ਨਾਕਾ ਹੁੰਦਾ ਉਹਨੇ ਫਸਟ ਬੀਐਸਐਫ ਦਾ ਸੈਕੰਡ ਜੁਆਇੰਟ ਨਾਕਾ ਤੇ ਥਰਡ ਜਿਹੜਾ ਪੰਜਾਬ ਪੁਲਿਸ ਦਾ ਸੀਗਾ ਹਾਂਜੀ ਸਾਡੇ ਉਹਨਾਂ ਨਾਲ ਬੈਟਰ ਨਾਕੇ ਸੀ ਠੀਕ ਹੈ ਹੋਰ ਮੈਂ ਦੱਸਿਆ ਨੀਗਾ ਚਲੋ ਇੱਕ ਨਾਕਾ ਜਾਂ ਦੋ ਨਾਕੇ ਤੋਂ ਬਾਅਦ ਪਤਾ ਚੱਲ ਗਿਆ ਹੋਵੇਗਾ ਹਾਂਜੀ ਤੂੰ ਆਪ ਦੌੜ पे ਹੋਣਗੇ ਪਰ ਜਿਹੜੇ ਦੋ ਤਿੰਨ ਨਾਕੇ ਸੀ ਉਥੇ ਤੇ ਉਹਨਾਂ ਨੂੰ ਕੀਤਾ ਜਾ ਸਕਦਾ ਮੈਂ ਇਹ ਤੁਹਾਨੂੰ ਤਾਂ ਥੋੜੀ ਜਿਹੀ ਲੰਬੀ ਗੱਲ ਦੱਸੀ ਆ ਕਿ ਮੇਰਾ ਆਪਣਾ ਪਿੰਡ ਸੈਕੰਡਰ ਫੈਂਸ ਲਾਈਨ 'ਤੇ 7 ਕਿਲੋਮੀਟਰ 'ਤੇ ਠੀਕ ਹੈ ਇਹ ਜਿਹੇ ਇਹੋ ਜਿਹੇ ਗੱਲਾਂ ਆ ਗਈਆਂ ਹਾਂਜੀ ਆਰਮੀ 65 ਦੀ ਵਾਰ ਕਰ ਲੋ ਜਾਂ 71 ਦੀ ਕਰ ਲੋ ਹਾਂਜੀ ਪੰਜਾਬ ਦੇ ਲੋਕਾਂ ਨੇ ਬਾਰਡਰ ਦੇ ਲੋਕਾਂ ਨੇ ਕਹਿਆ ਸੀ ਕਿ ਆਰਮੀ ਲਈ ਰਾਸ਼ਨ ਨਾ ਲੈ ਕੇ ਅਸੀਂ ਆਪ ਇਹਨਾਂ ਦੇ ਬੰਕਰਾਂ 'ਚ ਉੱਥੇ ਮੋਰਚਿਆਂ ਦੇ ਵਿੱਚ ਲੈ ਕੇ ਲੋਕ ਆਪ ਜਾਂਦੇ ਰਹੇ ਪਰਵਾਹ ਨਹੀਂ ਸੀ ਕੀਤੀ ਕਿ ਅਗਲੇ ਪਾਸੇ ਉਹ ਟੋਪ ਦਾ ਗੋਲਾ ਆ ਰਿਹਾ ਜਾਂ 에어 에어 ਅਟੈਕ ਹੋ ਗਿਆ ਤੇ ਲੋਕ ਆਪ ਬੰਕਰਾਂ ਚ ਜਾ ਕੇ ਜਵਾਨਾਂ ਨੂੰ ਰੋਟੀ ਖਵਾਉਂਦੇ ਨੇ ਤੇ ਅੱਜ ਸਾਨੂੰ ਕਹਿ ਦੇਣ ਹਾਂਜੀ ਕਿ ਤੁਹਾਡੇ ਅਸੀਂ 50 ਕਿਲੋਮੀਟਰ ਤੱਕ ਕਿਸੇ ਨੂੰ ਵੀ ਚੈੱਕ ਕਰ ਲਾਂਗੇ ਜਿਨ੍ਹਾਂ ਨੇ ਕਰਨਾ ਬਾਰਡਰ ਨੂੰ ਹਾਂਜੀ ਤੇ ਬਾਰਡਰ ਦਾ ਜਿਹੜੇ ਫਰਸਟ ਡਿਫੈਂਸ ਲਾਈਨ ਆ ਉਹਨਾਂ ਮਜ਼ਬੂਤ ਕਰਨ ਕੱਲ ਹੀ ਤੁਸੀਂ ਦੇਖੋਗੇ ਕਿ ਜੇ ਤੰਤਾਂ ਸਾਈਡ ਤੋਂ ਹਾਂਜੀ ਜਿਹੜੇ ਪਿਸਟਲ ਫੜੇਗੇ ਨੇ ਹਾਂਜੀ ਉਹ ਤਾਰ ਤੋਂ ਅਗਲੇ ਪਾਸੇ ਫੜੇਗੇ ਨੇ ਹਾਂਜੀ ਉਹ ਤੇ ਰੋਕ ਦੇਣੀ ਤੇ ਜਾ ਕੇ 50 ਕਿਲੋਮੀਟਰ ਜਾ ਕੇ ਕੀ ਕਰਨਾ ਚਾਹੁੰਦੇ ਨੇ ਕੀ ਦੇਖਣਾ ਚਾਹੁੰਦੇ ਨੇ ਕਿ 50 ਕਿਲੋਮੀਟਰ ਚ ਕੀ ਕਰਾਂਗੇ ਉਹ ਇਹਨਾਂ ਨੂੰ ਜੇ ਕੋਈ ਚੰਨੀ ਸਾਹਿਬ ਨੇ ਕਿਹਾ ਅਕਾਲੀ ਦਲ ਕਹਿੰਦਾ ਜੀ ਚੰਨੀ ਨੇ ਕਿਹਾ ਤੇ ਬਾਰਡਰ ਸੀਲ ਕਰੋ ਬਾਰਡਰ ਸੀਲ ਦਾ ਮਤਲਬ ਹੈ ਕਿ ਜਿਹੜਾ ਬਾਰਡਰ 500 ਕਿਲੋਮੀਟਰ ਦਾ ਇਹਨੂੰ ਸੀਲ ਕਰੋ ਹਾਂਜੀ ਪੰਜਾਬ ਸੀਲ ਨਾ ਕਰੋ ਠੀਕ ਹੈ ਠੀਕ ਹੈ ਰੰਦਾਵਾ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਔਰ ਦੇਸ਼ ਦੀ ਰਾਜਨੀਤੀ ਬਾਰੇ ਪੰਜਾਬ ਦੀ ਰਾਜਨੀਤੀ ਬਾਰੇ ਬਹੁਤ ਸਾਰੀਆਂ ਮਹੱਤਵਪੂਰਨ ਗੱਲਾਂ ਕੀਤੀਆਂ ਤੁਹਾਡਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਪਿਆਰੇ ਦਰਸ਼ਕੋ ਹੁਣ ਇਸ ਮੁਲਾਕਾਤ ਦਾ ਸਮਾਂ ਖਤਮ ਹੁੰਦਾ ਅਗਲੀ ਵਾਰ ਕਿਸੇ ਹੋਰ ਅਹਿਮ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ ਇਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿੱਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ ਇਹਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ